ਜਸ ਟੀਵੀ ਦੇਖ ਰਹੇ ਦਰਸ਼ਕਾਂ ਦਾ ਮੈਂ ਕੇ ਪੀ ਸਿੰਘ ਸਵਾਗਤ ਕਰਦਾ। ਪੰਜਾਬ ਦੇ ਵਿੱਚ ਇਉਂ ਲੱਗਦਾ ਪਿਆ ਪੰਚਾਇਤੀ ਚੋਣਾਂ, ਜ਼ਿਲ੍ਹਾ ਪ੍ਰੀਸ਼ਦ ਚੋਣਾਂ, ਬਲਾਕ ਸੰਮਤੀ ਚੋਣਾਂ, ਇਹਨਾਂ ਚੋਣਾਂ ਤੋਂ ਵੱਡਾ ਕੋਈ ਮੇਲਾ ਲੱਗਿਆ ਹੋਇਆ ਲੋਕਤੰਤਰ ਦਾ। ਪੰਜਾਬ ਦੇ ਵਿੱਚ ਹਲਚਲ ਇਹੋ ਜਿਹੀ ਹੋ ਰਹੀ ਹੈ ਕਿ ਰੈਲੀਆਂ 'ਚ ਸਭ ਕੁਝ ਹੱਲ ਨਿਕਲ ਆਵੇਗਾ, ਪੰਜਾਬ ਖੁਸ਼ਹਾਲ ਵੀ ਹੋ ਜਾਵੇਗਾ, ਲੋਕ ਮੁੱਦਿਆਂ ਦੀ ਗੱਲ ਵੀ ਹੋ ਜਾਵੇਗੀ, ਸਿਆਸਤ ਦੇ ਵਾਰ ਪਲਟਵਾਰ ਵੀ ਹੋ ਜਾਣਗੇ, ਸਭ ਕੁਝ ਹੋ ਜਾਵੇਗਾ। ਇਸ ਲਈ ਪੰਜਾਬ ਵਿੱਚ ਰੈਲੀਆਂ ਦੌਰ ਚੱਲ ਰਿਹਾ, ਸਾਰੇ ਪੁੱਛ ਰਹੇ ਆ, ਫੋਨ ਕਰਕੇ ਪੁੱਛਦੇ ਪਏ ਆ, ਪੰਜਾਬ ਵਿੱਚ ਕੋਈ ਵੱਡੀ ਚੋਣ ਹੋਣ ਜਾ ਰਹੀ ਹੈ, ਤੁਹਾਨੂੰ ਕੁਝ ਪਤਾ ਹੈਗਾ? ਅਸੀਂ ਅੱਗੋਂ ਕੀ ਜਵਾਬ ਦਈਏ? ਜਵਾਬ ਅਸੀਂ ਇੱਕੋ ਹੀ ਪੁੱਛ ਰਹੇ ਹਾਂ, ਰੈਲੀਆਂ ਨਾਲ ਕਿਹੜਾ ਰੌਲਾ ਮੁੱਕੇਗਾ? ਪੰਜਾਬ ਦੇ ਲੋਕਾਂ ਦੇ ਬਹੁਤ ਵੱਡੇ ਮੁੱਦੇ ਹੈਗੇ ਆ, ਪੰਜਾਬ ਦੇ ਖੁਦ ਦੇ ਬਹੁਤ ਵੱਡੇ ਮੁੱਦੇ ਹੈਗੇ ਆ, ਚਾਹੇ ਉਹ ਵਿੱਤੀ ਸੰਕਟ ਦੀ ਗੱਲ ਹੋਵੇ, ਚਾਹੇ ਪੰਜਾਬ ਦੇ ਪਾਣੀਆਂ ਦੀ ਗੱਲ ਹੋਵੇ, ਪੰਜਾਬ ਦੀ ਸਿਹਤ ਦੀ ਗੱਲ ਹੋਵੇ, ਸਿੱਖਿਆ ਦੀ ਗੱਲ ਹੋਵੇ, ਬਹੁਤ ਸਾਰੇ ਇਹੋ ਜਿਹੇ ਇਸ਼ੂ ਹੈਗੇ ਆ ਜਿਨ੍ਹਾਂ ਦੀ ਗੱਲ ਕਰਨ ਲਈ ਲਾਜ਼ਮੀ ਹੈਗੀ ਆ। ਬੁਨਿਆਦੀ ਢਾਂਚੇ ਦੀ ਗੱਲ ਹੋਵੇ, ਜਿਹੜੀਆਂ ਲੋੜਾਂ ਪੂਰੀਆਂ ਨਹੀਂ ਹੋ ਰਹੀਆਂ ਕੀਆਂ, ਚਾਹੇ ਇੰਪਲਾਈਜ਼ ਦੀ ਸੈਲਰੀ ਦੀ ਗੱਲ ਹੋਵੇ, ਸਾਰੇ ਮੁੱਦੇ ਜਿਹੜੇ ਉਸ 'ਤੇ ਵਿਚਾਰ ਚਰਚਾ ਕਰਨ ਦੀ ਜ਼ਰੂਰਤ ਹੈਗੀ ਹੈ। ਪਰ ਬਹਿਸ ਕਰਨੀ ਪੈ ਰਹੀ ਹੈ ਰੈਲੀਆਂ 'ਤੇ, ਰੈਲੀਆਂ ਦਾ ਰੌਲਾ ਪੈ ਗਿਆ ਅਤੇ ਇਸ ਕਰਕੇ ਬਹਿਸ ਕਰ ਰਹੇ ਹਾਂ ਟੂ ਦਾ ਪੁਆਇੰਟ ਵਿੱਚ। ਬਹਿਸ ਕਿਹਨਾਂ ਬਿੰਦੂਆਂ 'ਤੇ ਕਰ ਰਿਹਾ ਤੁਹਾਨੂੰ ਦੱਸਦੀ। ਪੰਜਾਬ ਵਿੱਚ ਰੈਲੀ ਵਾਰ, ਫਰੀਦਕੋਟ ਰੈਲੀ ਦੇ ਰੱਫੜ ਤੋਂ ਬਾਅਦ ਪੰਜਾਬ ਦੀ ਰਾਜਨੀਤੀ ਵਿੱਚ ਰੈਲੀ ਵਾਰ ਸ਼ੁਰੂ ਹੋ ਗਈ। ਅਕਾਲੀਆਂ ਨੂੰ ਜਵਾਬ ਦੇਣ ਲਈ ਕੈਪਟਨ ਦਾ ਬਾਦਲਾਂ ਦੇ ਗੜ੍ਹ ਵਿੱਚ ਗਰਜਣ ਦਾ ਐਲਾਨ ਹੋ ਚੁੱਕਿਆ। ਲੰਬੀ 'ਚ ਰੈਲੀ ਦੇ ਬਰਾਬਰ ਅਕਾਲੀਆਂ ਨੇ ਪਟਿਆਲਾ 'ਚ ਰੈਲੀ ਕਰਨ ਦਾ ਐਲਾਨ ਕੀਤਾ, ਯਾਨੀ ਕਿ ਲੰਬੀ ਵਾਲੀ ਰੈਲੀ ਜੋ ਡਿਸਾਈਡ ਹੋ ਜੂਗੀ, ਫਿਰ ਪਟਿਆਲੇ ਵਾਲੀ ਰੈਲੀ ਵੀ ਡਿਸਾਈਡ ਹੋ ਜੂਗੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਕਾਲੀ ਫਿਰਕੂ ਅਫਰਾ ਤਫਰੀ ਪੈਦਾ ਕਰਨਾ ਚਾਹੁੰਦੇ ਨੇ। ਇਹਦੇ ਸੁਖਬੀਰ ਬਾਦਲ ਨੇ ਪਲਟਵਾਰ ਕੀਤਾ, ਗਰਮ ਖਿਆਲੀਆਂ ਨਾਲ ਕੈਪਟਨ ਦੇ ਰਿਸ਼ਤਿਆਂ ਦਾ ਕਰਾਂਗੇ ਖੁਲਾਸਾ। ਆਮ ਆਦਮੀ ਪਾਰਟੀ ਨੇ ਕਿਹਾ ਦੋਨੋਂ ਪਾਰਟੀਆਂ ਜਨਤਾ ਨੂੰ ਗੁੰਮਰਾਹ ਕਰ ਰਹੀਆਂ। ਸਵਾਲ ਇੱਕੋ ਹੀ ਪੁੱਛਾਂਗੇ, ਵੱਡਾ ਸਵਾਲ ਇਹ ਪੁੱਛਾਂਗੇ, ਰੈਲੀਆਂ ਵਾਲੀ ਰਾਜਨੀਤੀ ਪੰਜਾਬ ਦਾ ਕੀ ਸਵਾਰ ਹੈ? ਕੀ ਇਸੇ ਸਵਾਲ 'ਤੇ ਚਰਚਾ ਕਰਾਂਗੇ। ਮਹਿਮਾਨ ਸਾਡੇ ਕੋਲ ਪਹੁੰਚ ਚੁੱਕੇ ਆ ਸਟੂਡੀਓ ਦੇ ਵਿੱਚ, ਉਹਨਾਂ ਤੁਹਾਡਾ ਤਾਰਫ ਕਰਾ ਰਿਹਾ। ਸਤਵੀਰ ਵਾਲੀਆ, ਆਮ ਆਦਮੀ ਪਾਰਟੀ ਤੋਂ ਸਤਵੀਰ ਵਾਲੀਆ, ਤੁਹਾਡਾ ਬਹੁਤ ਸਵਾਗਤ ਹੈ। ਗੁਰਪ੍ਰੀਤ ਸਿੰਘ ਸੰਧੂ, ਡਾਕਟਰ ਗੁਰਪ੍ਰੀਤ ਸੰਧੂ ਕਾਂਗਰਸ ਤੋਂ ਆ, ਡਾਕਟਰ ਸੰਧੂ ਤੁਹਾਡਾ ਬਹੁਤ ਸਵਾਗਤ ਹੈ। ਡਾਕਟਰ ਪਹਿਲਾ ਗਰਗ ਐਕਸਪਰਟ ਦੇ ਤੌਰ 'ਤੇ ਸਾਡੇ ਨਾਲ ਮੌਜੂਦ ਰਹਿਣਗੇ, ਡਾਕਟਰ ਪਹਿਲਾ ਗਰਗ ਤੁਹਾਡਾ ਬਹੁਤ ਸਵਾਗਤ ਹੈ। ਅਤੇ ਚੌਂਜੀ ਸਿੰਘ ਬਰਾੜ ਸ਼੍ਰੋਮਣੀ ਅਕਾਲੀ ਦਲ ਤੋਂ, ਉਹਨਾਂ ਦੀ ਕੁਰਸੀ ਖਾਲੀ ਪਈ ਹੈ, ਸ਼ਾਇਦ ਉਹ ਨਾ ਪਹੁੰਚ ਸਕਣ, ਉਹਨਾਂ ਦਾ ਸੁਨੇਹਾ ਆ ਗਿਆ ਕਿ ਮੈਂ ਨਹੀਂ ਆ ਪਾਊਂਗਾ ਅੱਜ ਦੀ ਡਿਬੇਟ ਵਿੱਚ। ਅਕਾਲੀਆਂ ਦੀ ਕੁਰਸੀ ਖਾਲੀ ਪਈ ਹੈ, ਪਰ ਰੈਲੀਆਂ 'ਚ ਕੁਰਸੀਆਂ ਕਹਿੰਦੇ ਖਾਲੀ ਨਹੀਂ ਹੈਗੀਆਂ ਸਾਡੀਆਂ, ਉੱਥੇ ਰੈਲੀਆਂ ਭਰੀਆਂ ਹੋਈਆਂ ਹੈ। ਸਭ ਤੋਂ ਪਹਿਲਾਂ ਸਵਾਲ ਗੁਰਪ੍ਰੀਤ ਸਿੰਘ ਸੰਧੂ ਤੁਹਾਨੂੰ ਕਰਨਾ ਚਾਹੁੰਗਾ। ਗੁਰਪ੍ਰੀਤ ਸੰਧੂ ਜੀ, ਬਹੁਤ ਘੱਟ ਦੇਖਣ ਵਿੱਚ ਆਇਆ ਅਤੇ ਸੁਣਨ ਵਿੱਚ ਆਇਆ ਕਿ ਸਰਕਾਰ ਨੂੰ ਰੈਲੀ ਕਰਨੀ ਪਵੇ, ਅਤੇ ਉਸ ਦੌਰ ਵਿੱਚ ਰੈਲੀ ਕਰਨੀ ਪਵੇ ਜਦੋਂ ਸਾਲ ਡੇਢ ਸਾਲ ਹੋ ਜੇ ਸਰਕਾਰ ਬਣੀ ਨੂੰ, ਤੁਹਾਨੂੰ ਤਾਂ ਲੋਕਾਂ ਦੇ ਮੁੱਦਿਆਂ ਦੀ ਗੱਲ ਕਰਨੀ ਚਾਹੀਦੀ। ਤੁਸੀਂ ਤਾਂ ਉਸ ਵਾਰ ਪਲਟਵਾਰ ਵਿੱਚ ਪੈ ਗਏ ਹੋ ਜਿਹਨਾਂ ਲੋਕ ਮੁੱਦਿਆਂ ਦੀ ਗੱਲ ਹੀ ਨਾ ਹੋਵੇ। ਗਲਤ ਪਰਸੈਪਸ਼ਨ ਹੈ, ਇਹ ਰੈਲੀ ਜਿਹੜੀ ਹੈਗੀ ਹੈ ਇਹ ਅਲੱਗ, ਤੁਹਾਨੂੰ ਸਾਰਿਆਂ ਨੂੰ ਇਹ ਰਿਹਾ ਵੀ ਇਹ ਅਕਾਲੀਆਂ ਦੀ ਰੈਲੀ ਦੀ ਰਿਸਪੌਂਸ ਦੇ ਵਿੱਚ ਰੈਲੀ ਰੱਖੀ ਗਈ ਹੈ, ਇਹੋ ਜਿਹੀ ਕੋਈ ਗੱਲ ਨਹੀਂ ਹੈ। ਸਾਡੀਆਂ ਪੰਚਾਇਤ ਦੀਆਂ, ਸੰਮਤੀਆਂ ਦੀਆਂ ਅਤੇ ਜ਼ਿਲ੍ਹਾ ਪਰਿਸ਼ਦ ਦੀਆਂ ਇਲੈਕਸ਼ਨਾਂ 19 ਤਰੀਕ ਨੂੰ ਮੁੱਕਣੀਆਂ, ਔਰ ਇਹ ਕਿਉਂਕਿ 2019 ਦੀਆਂ ਇਲੈਕਸ਼ਨਾਂ ਆਉਂਦੀਆਂ, ਬਾਕੀ ਸਾਰੀਆਂ ਪਾਰਟੀਆਂ ਚੋਣ ਪ੍ਰਚਾਰ 'ਚ ਸ਼ੁਰੂ ਹੋ ਗਈਆਂ ਨੇ। ਆਮ ਆਦਮੀ ਪਾਰਟੀ ਅੱਗੇ ਵਾਂਗੂ ਹਮੇਸ਼ਾ ਵਾਂਗੂ ਲੋਕਾਂ ਦੇ ਘਰੋਂ ਘਰੀ ਤੁਰੇ ਫਿਰਦੇ ਰੈਲੀਆਂ ਕਰ ਰਹੇ ਆ। ਉਹ ਰੈਲੀਆਂ ਕੋਈ ਲੋਕਾਂ ਦੇ ਹੱਕਾਂ ਵਾਸਤੇ ਅਗਾਹ ਨਹੀਂ ਕਰ ਰਹੇ, ਉਹਨਾਂ ਦੀ ਚੋਣ ਮੁਹਿੰਮ ਜਿਹੜੀ ਆ 2019 ਦੀ ਸ਼ੁਰੂ ਹੋ ਚੁੱਕੀ ਹੈ ਆਮ ਆਦਮੀ ਪਾਰਟੀ ਦੀ। ਇਸੇ ਤਰ੍ਹਾਂ ਜੀ ਆਮ ਆਦਮੀ ਪਾਰਟੀ ਦੀ ਜੀ, ਅੱਛਾ ਜੀ, ਬਿਲਕੁਲ ਆਮ ਆਦਮੀ ਪਾਰਟੀ ਦੀ। ਤੁਸੀਂ ਦੇਖੋ ਭਗਵੰਤ ਮਾਨ ਰੋਜ਼ ਰੈਲੀਆਂ ਕਰਦਾ, ਖੈੜਾ ਰੋਜ਼ ਰੈਲੀਆਂ ਕਰਦਾ, ਫਿਰ ਇੱਕ ਦੂਜੇ ਦੇ ਖਿਲਾਫ ਰੈਲੀਆਂ ਕਰਦੇ ਆ। ਇਹ ਲੋਕਾਂ ਨਾਲ ਜੁੜਨ ਦੀਆਂ, ਦੂਜੇ ਨੂੰ ਤੋੜਨ ਦੀਆਂ ਰੈਲੀਆਂ ਜਿਹੜੀਆਂ ਇਹ ਤਿਆਰੀ ਹੋ ਰਹੀ ਹੈ ਵੀ ਸਾਡੇ ਕੈਂਡੀਡੇਟ ਕਿੰਨੇ ਹੋਣਗੇ। ਚਲੋ ਮੈਂ ਇਹਨਾਂ ਦੀ ਲੰਬੀ ਦੇ ਵਿੱਚ ਰੈਲੀ ਕਰਕੇ ਤੁਸੀਂ ਮਿਸ਼ਨ 2019 ਦਾ ਆਗਾਜ਼ ਕਰਨਾ ਚਾਹੁੰਦੇ? ਐਬਸੋਲੂਟਲੀ, ਸਾਡਾ ਉਹ ਜਿਹੜੀ ਰੈਲੀ ਹੈ ਉਹ ਲੋਕਾਂ ਨੂੰ ਦੋ ਪੁਆਇੰਟ 'ਤੇ ਰੈਲੀ ਹੈ ਉਹ। ਇੱਕ ਕਿ ਜਿਹੜੀ ਅਸੀਂ ਲੋਕਾਂ ਨੂੰ ਪ੍ਰੋਮਿਸ ਕੀਤਾ ਸੀਗਾ ਵੀ ਬੇਅਦਬੀਆਂ ਦਾ ਮਾਮਲਾ ਅਸੀਂ ਜਲਦੀ ਤੋਂ ਜਲਦੀ ਸੁਲਝਾਵਾਂਗੇ, ਸਾਡੀ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਆ ਗਈ, ਵਿਧਾਨ ਸਭਾ 'ਚ ਟੇਬਲ ਹੋ ਗਈ ਯੂਨੈਨੀਮਸਲੀ, ਉਹਦੇ 'ਤੇ ਸਹਿਮਤੀ ਨਾਲ ਇੱਕ ਸਿੱਟ ਬਣੀ ਹੈ। ਸਿੱਟ ਬਣਨ ਤੋਂ ਬਾਅਦ ਰਿਐਕਸ਼ਨਰੀ ਜਿਹੜੀ ਆ ਰੈਲੀਆਂ ਕਰ ਰਹੇ ਨੇ ਸੁਖਬੀਰ ਬਾਦਲ ਹੋਣੀ ਕਿ ਅਸੀਂ ਪੋਲ ਖੋਲ੍ਹਾਂਗੇ, ਔਰ ਜਾਣ ਬੁੱਝ ਕੇ ਉਹ ਸੈਂਸਿਟਿਵ ਏਰੀਆ ਦੇ ਵਿੱਚ ਜਾ ਕੇ ਕਹਿੰਦੇ ਅਸੀਂ ਰੈਲੀ ਕਰਾਂਗੇ, ਜਿਹਦੇ ਪਿੱਛੇ ਸਰਕਾਰ ਨੂੰ ਬੈਨ ਵੀ ਲਾਉਣਾ ਪਿਆ, ਲੇਕਿਨ ਹਾਈਕੋਰਟ ਨੇ ਉਹ ਬੈਨ ਸਾਨੂੰ ਅਲਾਓ ਨਹੀਂ ਕੀਤਾ। ਅਸੀਂ ਉਹ ਬੈਨ ਜੋ ਇੰਸਟਰਕਸ਼ਨਾਂ ਸੀਗੀਆਂ ਅਸੀਂ ਉੱਥੇ ਪੁਖਤਾ ਇੰਤਜ਼ਾਮ ਕਰਕੇ ਸੁਰੱਖਿਆ ਦੇ, ਪੀਸਫੁਲੀ ਉਹਨਾਂ ਦੀ ਰੈਲੀ ਹੋਣ ਦਿੱਤੀ। ਹੁਣ ਜੇ ਅਸੀਂ ਇਹ ਕਹੀਏ ਵੀ ਅਸੀਂ ਸਰਕਾਰ ਕੰਮ ਨਹੀਂ ਕਰ ਰਹੀ, ਸਰਕਾਰ ਆਪਦਾ ਕੰਮ ਕਰ ਰਹੀ ਹੈ, ਰੈਲੀ ਦਾ ਸਰਕਾਰ ਦੇ ਕੰਮ ਨਾਲ ਕੋਈ ਤਲਕ ਨਹੀਂਗਾ। ਜਿਸ ਪੇਸ 'ਤੇ ਚੱਲ ਰਹੀ ਹੈ, ਜੋ ਸਾਡੇ ਕੋਲ ਪੈਸੇ ਆ ਰਹੇ ਆ, ਉਹਨਾਂ ਦੀ ਡਿਸਟ੍ਰੀਬਿਊਸ਼ਨ ਹੋ ਕੇ ਲੋਕ ਭਲਾਈ ਦੇ ਕੰਮ ਬਕਾਇਦਾ ਹੋ ਰਹੇ, ਸਰਕਾਰ ਫੰਕਸ਼ਨਲ ਹੈ। ਲੇਕਿਨ ਸਾਡਾ ਇਹ ਵੀ ਹੱਕ ਐਜ਼ ਏ ਪਾਰਟੀ, ਜੇ ਕੈਪਟਨ ਅਮਰਿੰਦਰ ਨੇ ਕਹਤਾ ਇਹਦਾ ਮਤਲਬ ਨਹੀਂ ਸਰਕਾਰ ਸਾਰੀ ਉੱਥੇ ਤੁਰ ਪਈ। ਕੈਪਟਨ ਅਮਰਿੰਦਰ ਦਾ ਬਿਆਨ ਹੈਗਾ ਵੀ ਲੰਬੀ ਦੇ ਵਿੱਚ ਅਸੀਂ ਰੈਲੀ ਕਰਾਂਗੇ, ਐਕਚੁਅਲੀ ਇਹ ਪਾਰਟੀ ਦਾ ਡਿਸੀਜਨ ਹੈ। ਔਰ ਸੀ ਐੱਮ ਸਾਹਿਬ ਦਾ ਫੇਸ ਜਿਹੜਾ ਹੈਗਾ ਉਹ ਕਿਉਂਕਿ ਅਜੇ ਵੀ ਲੋਕਾਂ ਨੂੰ ਅਟਰੈਕਟ ਕਰਦਾ ਬਾਕੀ ਸਾਰਿਆਂ ਨਾਲੋਂ, ਸੋ ਸੀ ਐੱਮ ਸਾਹਿਬ ਵੱਲੋਂ ਬਿਆਨ ਹੈ। ਗੁਰਪ੍ਰੀਤ ਸੰਧੂ ਜੀ, ਕੈਪਟਨ ਅਮਰਿੰਦਰ ਸਿੰਘ ਰੈਲੀ ਕਰਨ ਜੀ ਸੂਟ ਕਰਦਾ ਕੈਪਟਨ ਅਮਰਿੰਦਰ ਸਿੰਘ ਨੂੰ, ਕਾਂਗਰਸ ਨੂੰ ਵੀ ਸੂਟ ਕਰਦਾ,
फ्रेंडशिप मैच खेडते पे हो तुहानू पता रैलियां करदे रहांगे रैलियां तैयारियां च सारा ध्यान लग्या रहूगा किसी का मुद्दे वाल ध्यान चाहूगा असी की लगाउणा मैनू दसो तुसीं जिन्ने असी प्रोमिसिस शुरू किए सी या वादा किया सीगा उन्हां ते सारिआं ते शुरुआत हो चुकी है तकरीबन इक्का दुक्का रह गई है उन्हां दे उत्ते भी एज़ वी गैट दी मनी साडी स्टार्ट हो जाणी है मैं नहीं कहता असी पूरे करते या अज खत्म हो गए तीन साल साढ़े तीन साल सरकार दे पए है वी आर वर्किंग टूवर्ड्स ए पर्टिकुलर गोल असी आराम नाल आपदे भावें कछुए दी चाल चल रहे हैं पर चल रहे हैं असी रुके नहीं है ना असी कोई इह कीता जिहड़े मुद्दे तुसीं रैलियां कर रहे हो उस मुद्दे चों कुछ निकलिया है ਕਿਹੜੀ ਰੈਲੀ ਕੀਤੀ ਅਸੀਂ ਬੇਅਦਬੀ ਦੇ ਮੁੱਦੇ ਤੇ ਜੇ ਤੁਸੀਂ ਜਵਾਬ ਦੇਣ ਲੱਗੇ ਹੋ ਉਸ ਚੋਂ ਕੁਝ ਨਿਕਲਿਆ ਹੈ ਤੁਹਾਡੇ ਸਾਹਮਣੇ ਹੈ ਨਿਕਲਿਆ ਕਿ ਨਹੀਂ ਐਸਆਈਟੀ ਬਣੀ ਨਹੀਂ ਅਸੀਂ ਟੇਬਲ ਕੀਤੀ ਰਿਪੋਰਟ ਕਿ ਨਹੀਂ ਕੀਤੀ ਵਿਧਾਨ ਸਭਾ 'ਚ ਇਹੀ ਮੰਗ ਸੀ ਆਪੋਜੀਸ਼ਨ ਸਾਹਿਬ ਟੇਬਲ ਕੀਤੀ ਰਿਪੋਰਟ ਟੇਬਲ ਕੀਤੀ ਚੋਂ ਕੀ ਨਿਕਲਿਆ ਕੀ ਨਿਕਲਿਆ ਜਿੱਥੇ ਜਿੱਥੇ ਜਸਟਿਸ ਰਣਜੀਤ ਸਿੰਘ ਨੇ ਕਲੈਰਿਟੀ ਦਿੱਤੀ ਹੈ ਕਿ ਆਹ ਆਹ ਬੰਦੇ ਡੈਫੀਨੇਟਲੀ ਇਨਵੋਲਵ ਸੀ ਅਸੀਂ ਉਹਨਾਂ ਦੇ ਪਰਚੇ ਕੱਟੇ ਲੇਕਿਨ ਹਾਈ ਕੋਰਟ ਨੇ ਉਹ ਪਰਚੇ ਜਿਹੜੇ ਸਾਡੇ ਰੱਦ ਕਰਤੇ ਕਿ ਉਹ ਕਹਿੰਦੇ ਵੈਲੇ ਕੁਝ ਨਹੀਂ ਕਰਨਾ ਜਿੱਥੇ ਉਹਨਾਂ ਨੇ ਕਿਹਾ ਸੀ ਇੱਥੇ ਹੋਰ ਘੋਖ ਦੀ ਲੋੜ ਆ ਉਸ ਵਾਸਤੇ ਅਸੀਂ ਐਸਆਈਟੀ ਬਣਾਈ ਹੈ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ 'ਤੇ ਲਿਖਿਆ ਪੜ੍ਹ ਲਓ ਕਿ ਸਰਟਨ ਇਸ਼ੂਜ਼ ਦੇ ਉੱਤੇ ਫਰਦਰ ਥੋੜ੍ਹੀ ਜਿਹੀ ਇਹਦੇ 'ਤੇ ਘੋਖ ਹੋਣ ਦੀ ਜ਼ਰੂਰਤ ਹੈ ਅਸੀਂ ਉਹ ਕਰ ਰਹੇ ਹਾਂ ਮੈਂ ਤਾਂ ਉਸ ਗਰਾਊਂਡ ਦੀ ਗੱਲ ਕਰ ਰਿਹਾ ਬੇਅਦਬੀ ਦੇ ਮੁਲਜ਼ਮ ਜਿਹੜੇ ਫੜੇ ਗਏ ਹਾਂਜੀ ਉਹਨਾਂ ਨੂੰ ਜ਼ਮਾਨਤ ਮਿਲ ਗਈ ਕਿਹੜਿਆਂ ਨੂੰ ਮਿਲ ਗਈ ਜੀ ਜਿਹੜੇ ਪੁਲਿਸ ਵਾਲੇ ਪੁਲਿਸ ਵਾਲੇ ਨੂੰ ਪੁਲਿਸ ਵਾਲਿਆਂ ਦਾ ਕੇਸ ਸੀਗਾ ਪੁਲਿਸ ਵਾਲਿਆਂ ਦੀ ਜਾਂਚ 'ਤੇ ਰੋਕ ਲੱਗ ਗਈ ਬਿਲਕੁਲ ਲੱਗ ਗਈ ਅਸੀਂ ਨਹੀਂ ਲਾਈ ਹਾਈ ਕੋਰਟ ਨੇ ਲਾਈ ਹਾਈ ਕੋਰਟ ਦਾ ਰਾਈਟ ਹੈ ਜਸਟਿਸ ਦਾ ਸਿਸਟਮ ਹੈ ਅਸੀਂ ਸਿਸਟਮ ਦੇ ਮੁਤਾਬਕ ਚੱਲ ਰਹੇ ਹਾਂ ਲੇਕਿਨ ਜਿਹੜੇ ਅਸੀਂ ਫੜੇ ਸੀ ਉਸ ਪਿੰਡ ਦੇ ਵਿੱਚੋਂ ਜਿੱਥੇ ਇਸ਼ਤਿਹਾਰ ਲੱਗੇ ਸੀਗੇ ਕਿ ਸਾਡੇ ਕੋਲ ਤੁਹਾਡਾ ਗੁਰੂ ਹੈ ਅਸੀਂ ਇਹਦੇ ਅੰਗ ਖਿਲਾਰ ਦਿਆਂਗੇ ਉਹ ਬੰਦੇ ਜਿਹੜੇ ਆ ਫੜੇ ਹੋਏ ਆ ਐਂਡ ਬਿਹਾਈਂਡ ਬਾਰਸ ਉਹਨਾਂ ਦੇ ਉੱਤੇ ਪੰਚਨਾਮੇ ਸਭ ਕੁਝ ਹੋ ਚੁੱਕਿਆ ਲੇਕਿਨ ਦੈਟ ਇਜ਼ ਨਾਟ ਦੀ ਇਸ਼ੂ ਉਹ ਤਾਂ ਐਵੇਂ ਨਿੱਕੇ ਸ਼ਰਾਰਤ ਜਿਹਨਾਂ ਨੂੰ ਪੈਸੇ ਦੇ ਕੇ ਕਰਾਈ ਗਈ ਹੈ ਜਿਹੜੇ ਵੱਡੇ ਚਿਹਰੇ ਪਿੱਛੇ ਆ ਜਿਹੜੇ ਐਕਸਪੋਜ਼ ਹੋਏ ਆ ਅਕਾਲੀ ਦਲ ਬਾਦਲ ਅੱਜ ਕਿਉਂ ਰੈਲੀਆਂ ਦੇ ਵਿੱਚ ਮਗਰ ਤੁਰਿਆ ਫਿਰਦਾ ਪੰਥ ਪੰਥ ਕਰਦਾ ਔਰ ਇੱਥੋਂ ਤੱਕ ਕਹਿਤਾ ਬਾਦਲ ਸਾਹਿਬ ਨੇ ਮੈਨੂੰ ਅਤੇ ਮੇਰੇ ਮੁੰਡੇ ਨੂੰ ਅਸੈਸੀਨੇਟ ਕਰਨ ਦੀ ਵੀ ਕੋਸ਼ਿਸ਼ ਹੋ ਸਕਦੀ ਹੈ ਮੈਂ ਕਹਿੰਦਾ ਮਨਿੰਦਰਜੀਤ ਸਿੰਘ ਬਿੱਟਾ ਐਂਟੀ ਟੈਰਰਿਸਟ ਫਰੰਟ ਦਾ ਬੰਦਾ ਉਹਦੇ 'ਤੇ ਬੰਬ ਦਾ ਅਟੈਕ ਵੀ ਹੋ ਗਿਆ ਉਹਦੀ ਲੱਤ ਵੀ ਖਰਾਬ ਹੋ ਗਈ ਉਹਨੇ ਤਾਂ ਕਦੇ ਨਹੀਂ ਕਿਹਾ ਵੀ ਪੰਜਾਬ ਦੇ ਹਾਲਾਤ ਐਡੇ ਵਿਗੜ ਗਏ ਵੀ ਕਿਸੇ ਨੂੰ ਜਾਨ ਤੋਂ ਮਾਰਨ ਦਾ ਖਤਰਾ ਹੋ ਸਕਦਾ ਲੇਕਿਨ ਇਹਨਾਂ ਨੂੰ ਘਰੇ ਬੈਠਿਆਂ ਨੂੰ ਖਤਰਾ ਜ਼ੈਡ ਪਲੱਸ ਸਿਕਿਉਰਟੀਆਂ ਲਈ ਫਿਰਦੇ ਆ ਔਰ ਇਹਨਾਂ ਕੋਲ ਬਖਤਰਬੰਦ ਗੱਡੀਆਂ ਨੇ ਠੀਕ ਹੈ ਫਿਰ ਵੀ ਖਤਰਾ ਇਹਨਾਂ ਨੂੰ ਠੀਕ ਹੈ ਗੁਰਪ੍ਰੀਤ ਸਿੰਘ ਖਤਰਾ ਇਹਨਾਂ ਨੂੰ ਪੰਥ ਤੋਂ ਹੈ ਜਿਹਨੂੰ ਇਹਨਾਂ ਨੇ ਪੰਥ ਦਾ ਨਾਮ ਸਮਝਿਆ ਵਾਪਸ ਆਉਂਗਾ ਤੁਹਾਡੇ ਕੋਲੇ ਤੁਹਾਡੇ ਕੋਲੇ ਬਹੁਤ ਮੌਕਾ ਹੈਗਾ ਅੱਜ ਗੱਲ ਕਰਨ ਦਾ ਕਿਉਂਕਿ ਅਕਾਲੀ ਦਲ ਨਹੀਂ ਆਇਆ ਕੋਈ ਨਹੀਂ ਅਕਾਲੀ ਦਲ ਆ ਵੀ ਜਾਂਦਾ ਅਸੀਂ ਦਬਦੀ ਗੱਲ ਕਰਨੀ ਹਾਂਜੀ ਇਸ ਰੈਲੀਆਂ ਨਾਲ ਕਿਹੜਾ ਰੋਲਾ ਮੁੱਕਣ ਦੀ ਤਿਆਰੀ ਕੀਤੀ ਜਾ ਰਹੀ ਹੈ ਕਿਹੜਾ ਰੋਲਾ ਮੁਕਾਉਣਾ ਦੇਖੋ ਕੇਪੀ ਜੀ ਰੈਲੀਆਂ ਦਾ ਜਿਹੜਾ ਰੇਲਾ ਬੰਨਿਆ ਜਾ ਰਿਹਾ ਹੈ ਵਰਸਿਸ ਦੀ ਗੱਲ ਆ ਰਹੀ ਹੈ ਤੁਸੀਂ ਬੜਾ ਵਧੀਆ ਕੁਐਸਚਨ ਚੱਕਿਆ ਕਿਹੜਾ ਰੌਲਾ ਮੁੱਕਣ ਜਾ ਰਿਹਾ ਹੈ ਦੇਖੋ ਬੇਅਦਬੀ ਨੂੰ ਲੈ ਕੇ ਜੋ ਸਿੰਘ ਸ਼ਹੀਦ ਹੋਏ ਸੀਗੇ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਨੂੰ ਲੈ ਕੇ ਕਿੱਡਾ ਵੱਡਾ ਜਿਹਨੂੰ ਕਹਿੰਦੇ ਇੱਕ ਮਾਹੌਲ ਤਿਆਰ ਹੋਇਆ ਅਤੇ ਉਹ ਸੱਚਾਈ ਜਿਹੜੀ ਲੋਕਾਂ ਦੇ ਸਾਹਮਣੇ ਆਈ ਉਹ ਸੱਚਾਈ ਨੇ ਬਾਦਲ ਪਰਿਵਾਰ ਨੂੰ ਅਤੇ ਅਕਾਲੀ ਦਲ ਨੂੰ ਹਿਲਾ ਕੇ ਰੱਖ ਦਿਆ ਅਤੇ ਮੈਨੂੰ ਕਿਤੇ ਨਾ ਕਿਤੇ ਜਿਵੇਂ ਪਹਿਲਾਂ ਵੀ ਉਸ 'ਚ ਵਿਧਾਨ ਸਭਾ 'ਚ ਵੀ ਕਾਂਗਰਸ ਦੇ ਆਪਣੇ MLA ਵੀ ਇਨਸਕਿਓਰ ਸੀਗੇ ਅਤੇ ਆਮ ਆਦਮੀ ਪਾਰਟੀ ਤਾਂ ਵਾਰ ਵਾਰ ਕਹਿੰਦੀ ਹੋਇਆ ਕਿ ਕੈਪਟਨ ਸਾਹਿਬ ਬਾਦਲ ਪਰਿਵਾਰ ਨਾਲ ਫਰੈਂਡਲੀ ਮੈਚ ਖੇਡਦੇ ਰਹੇ ਨੇ ਔਰ ਖੇਡਦੇ ਰਹਿਣਗੇ ਕੈਪਟਨ ਸਾਹਿਬ ਦੇ ਹੁੰਦੇ ਹੋਏ ਬਾਦਲ ਪਰਿਵਾਰ ਨੂੰ ਕੋਈ ਹੱਥ ਨਹੀਂ ਲਾ ਸਕਦਾ ਉਹਨਾਂ ਦਾ ਬਾਲ ਵਿੰਗਾ ਨਹੀਂ ਹੋ ਸਕਦਾ ਅਤੇ ਇਹੀ ਗੱਲ ਹੁਣ ਜਿਹੜਾ ਰੈਲੀਆਂ ਦਾ ਰੇਲਾ ਹੈ ਉਹ ਚੀਜ਼ ਨੂੰ ਦਬਾਉਣ ਵਾਸਤੇ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ ਇੱਕ ਛੋਟੀ ਜੀ ਦੇਖੋ ਜਦੋਂ ਮਾਫ਼ੀਨਾਮਾ ਹੋਇਆ ਅਕਾਲੀ ਸਰਕਾਰ 'ਚ ਮਾਫ਼ੀਨਾਮਾ ਹੋਇਆ ਮਾਫ਼ੀਨਾਮੇ ਨੇ ਇੱਕ ਪੀਕ 'ਤੇ ਜਦ ਆ ਕੇ ਸਿੱਖ ਜਿਹੜੀ ਜਗਤ ਹੈਗਾ ਆਪਣਾ ਪੰਜਾਬੀ ਜਗਤ ਹੈਗਾ ਉਹ ਜਦੋਂ ਖਿਲਾਫ ਹੋ ਗਿਆ ਬਾਦਲਾਂ ਦੇ ਉਹਨਾਂ ਨੂੰ ਲੱਗ ਗਿਆ ਵੀ ਲੋਕ ਸੜਕਾਂ 'ਤੇ ਉਤਰਨ ਲੱਗ ਗਏ ਤਾਂ ਇਮੀਡੀਏਟ ਬੇਅਦਬੀਆਂ ਸ਼ੁਰੂ ਹੋ ਗਈਆਂ ਇੱਕ ਸਿਲਸਿਲਾ ਮਤਲਬ ਇੱਕ ਨੂੰ ਕਵਰ ਕਰਨ ਵਾਸਤੇ ਸੈਕਿੰਡ ਇੰਸੀਡੈਂਟ ਸ਼ੁਰੂ ਹੋ ਗਿਆ ਸੇਮ ਚੀਜ਼ ਜੋ ਹੁਣ ਲੱਗ ਰਹੀ ਹੈ ਕਿ ਉਹ ਬੇਅਦਬੀ ਵਾਲੀ ਚੀਜ਼ਾਂ ਨੂੰ SIT ਬਣ ਗਈ SIT ਨੇ ਹੁਣ ਤੱਕ FIR ਦਰਜ ਨਹੀਂ ਕਰੀ ਜਿਹੜੀ FIR ਕਾਂਗਰਸ ਨੇ ਵੀ ਦਰਜ ਕਰੀ ਉਹ ਵੀ ਅਨਆਇਡੈਂਟੀਫਾਈਡ ਪਰਸਨ ਦੇ ਅਗੇਂਸਟ ਦਰਜ ਕਰੀ ਅੱਛਾ ਜਿਹੜੀ ਰਿਪੋਰਟ ਬਣਾਈ ਹੈ ਰਿਪੋਰਟ 'ਤੇ ਜਿਹੜੀ ਆਪਣਾ ਕਮਿਸ਼ਨ ਬਣਾਇਆ ਗਿਆ ਉਹ ਵਿਦਆਊਟ ਜੋਰਾ ਸਿੰਘ ਕਮਿਸ਼ਨ ਨੂੰ ਡੀਨੋਟੀਫਾਈ ਕਰਕੇ ਬਣਾਇਆ ਗਿਆ ਇਸ ਕਰਕੇ ਜਾ ਕੇ ਉਹਦੇ ਵੱਲ ਹਾਈ ਕੋਰਟ ਸਟੇਅ ਹੋ ਗਿਆ ਹੁਣ ਫਿਰ ਮੈਨੂੰ ਲੱਗਦਾ ਹੈ ਕਾਂਗਰਸ ਇਹੀ ਕਹੇਗੀ ਜੀ ਜਿਵੇਂ ਪਹਿਲਾਂ STF ਦੀ ਰਿਪੋਰਟ ਜਿਹੜੀ NDPF 'ਤੇ ਬਣੀ ਸੀਗੀ ਉਹ ਕਾਂਗਰਸ ਵਾਰ ਵਾਰ ਹੁਣ ਤੱਕ ਇਹ ਕਹਿ ਰਹੀ ਹੈ ਕਿ ਦੇਖੋ ਜੀ ਉਹ ਤਾਂ ਉਹਦੇ ਵੱਲ ਹਾਈ ਕੋਰਟ 'ਚ ਪਈ ਹੈ ਹਾਈ ਕੋਰਟ ਕੁਝ ਕਰੂ ਤਾਂ ਕੁਝ ਹੋਊਗਾ ਨਹੀਂ ਨਹੀਂ ਇਹੀ ਜਿਹੜਾ ਰੋਣਾ ਹੈਗਾ ਇਹੀ ਜਿਹੜਾ ਟੇਪ ਹੈਗੀ ਹੈ ਕਾਂਗਰਸ ਦੇਖ ਲਓ ਹੋਰ ਥੋੜੇ ਦਿਨਾਂ 'ਚ ਚਲਾਉਣੀ ਸ਼ੁਰੂ ਕਰ ਦੂਗੀ ਜੀ ਕਿ ਦੇਖੋ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਤਾਂ ਉਹਦੇ ਵੱਲ ਹਾਈ ਕੋਰਟ ਚੈਲੇਂਜ ਹੋਈ ਹੈ ਜਦ ਤੱਕ ਉੱਥੇ ਕੁਝ ਨਹੀਂ ਹੁੰਦਾ ਅਸੀਂ ਕੁਝ ਨਹੀਂ ਕਰ ਸਕਦੇ ਇਹ ਤੁਹਾਡੇ ਸਾਹਮਣੇ ਆ ਜਾਏਗਾ ਇਹ ਸਿਰਫ ਉਹ ਚੀਜ਼ ਨੂੰ ਦਬਾਉਣ ਵਾਸਤੇ ਬਾਦਲਾਂ ਨੂੰ ਇੱਕ ਬੈਨੀਫਿਟ ਦੇਣ ਵਾਸਤੇ ਇਹ ਕੈਪਟਨ ਸਾਹਿਬ ਨੇ ਸਿਲਸਿਲਾ ਸ਼ੁਰੂ ਕੀਤਾ ਹੈ ਤਾਂ ਕਿ ਲੋਕ ਇਹ ਰੈਲੀਆਂ ਦੇ ਰੌਲੇ 'ਚ ਸਾਰੇ ਮੁੱਦੇ ਨੂੰ ਭੁੱਲ ਜਾਣ ਇੱਕ ਛੋਟਾ ਬ੍ਰੇਕ ਲੈਣਾ ਗੁਰਪ੍ਰੀਤ ਸਿੰਘ ਤੋਂ ਇੱਕ ਛੋਟਾ ਬ੍ਰੇਕ ਲਵਾਂਗੇ ਬ੍ਰੇਕ ਤੋਂ ਵਾਪਸ ਆਵਾਂਗੇ ਰੈਲੀਆਂ ਨਾਲ ਕਿਹੜਾ ਰੋਲਾ ਮੁੱਕੇਗਾ ਸਾਡਾ ਸਵਾਲ ਇੱਕੋ ਹੀ ਹੈ ਹੁਣ ਤੱਕਰ ਜਿਹੜੀ ਡਿਬੇਟ ਹੋਈ ਹੈ ਪਹਿਲੇ ਸੈਗਮੈਂਟ ਦੀ ਉਹਦੇ ਵਿੱਚ ਕਿਸੇ ਮੁੱਦੇ ਦਾ ਜ਼ਿਕਰ ਨਹੀਂ ਹੋਇਆ ਜਿਹੜਾ ਤੁਹਾਡੇ ਨਾਲ ਸਿੱਧਾ ਸਰੋਕਾਰ ਹੋਵੇ ਗੱਲ ਆਸਥਾ ਦੀ ਹੋ ਰਹੀ ਹੈ ਧਰਮ ਦੀ ਹੋ ਰਹੀ ਹੈ ਅਤੇ ਧਰਮ 'ਤੇ ਰਾਜਨੀਤੀ ਹੋ ਰਹੀ ਹੈ ਪੰਜਾਬ ਵਿੱਚ ਮਿਸ਼ਨ 2019 ਦੀ ਤਿਆਰੀ ਹੋ ਰਹੀ ਹੈ ਬ੍ਰੇਕ ਤੋਂ ਵਾਪਸ ਆ ਰਹੇ ਹਾਂ
ਕੈਪਟਨ ਅਮਰਿੰਦਰ ਸਿੰਘ ਤਾਂ ਲੰਬੀ ਤੋਂ ਇਲੈਕਸ਼ਨ ਵੀ ਲੜ ਲਈ ਸੀ, ਹਾਰ ਦਾ ਸਾਹਮਣਾ ਕਰਨਾ ਪੈ ਗਿਆ ਨਾ, ਇਸ ਲਈ ਰੈਲੀ ਕਰਨ ਨਾ ਕਰਨ ਉਹਦਾ ਕੀ ਮਤਲਬ? ਇਹ ਕੌਣ ਨਹੀਂ ਜਾਣਦਾ ਕਿ ਸੁਖਬੀਰ ਸਿੰਘ ਬਾਦਲ ਦੇ ਕਿਹੜੇ ਖਿਆਲੀਆਂ ਹੱਥ ਰਲੇ, ਬਿਕਰਮ ਸਿੰਘ ਮਜੀਠੀਏ ਦੇ ਕਿਹੜੇ ਖਿਆਲੀਆਂ ਹੱਥ ਰਲੇ? ਤੁਹਾਡੇ ਹੱਥ ਦੇ ਨਿਸ਼ਾਨ ਤੇ ਤੁਹਾਡੀਆਂ ਦੱਸੇ ਹੋਏ ਰੰਗ ਇਹ ਦੱਸਦੇ ਆ ਕਿ ਤੁਸੀਂ ਕਿਹੜੇ ਖਿਆਲੀਆਂ ਨਾਲ ਹੋ। ਔਰ ਸੁਖਬੀਰ ਸਿੰਘ ਬਾਦਲ ਜੀ, ਤੁਸੀਂ ਇਹ ਬਾਈਬਲ ਕਲਾ ਕਾਂਡ ਜਿਹੜਾ ਹੋਇਆ ਇਹ ਕਿਹਦੇ ਹੱਥ ਰਲੇ ਸੀਗੇ? ਬਰਗਾੜੀ ਕਾਂਡ ਜਿਹੜਾ ਹੋਇਆ ਇਹਦੇ ਪਿੱਛੇ ਕਿਹਦੇ ਹੱਥ ਰਲੇ ਸੀਗੇ? ਇਹ ਸਾਰੇ ਹੱਥ ਰਲੇ ਹੈ ਸੁਖਬੀਰ ਸਿੰਘ ਬਾਦਲ ਦੇ। ਦੇਖੋ ਇਹ ਲੋਕਾਂ ਧਿਆਨ ਜਿਹੜੇ ਬੇਸਿਕ ਆਮ ਲੋਕਾਂ ਦੇ ਮੁੱਦੇ ਨੇ ਉਹਨਾਂ ਤੋਂ ਤਾਂ ਧਿਆਨ ਹਟਾਉਣ ਦੇ ਲਈ ਅਕਾਲੀ ਦਲ ਅਤੇ ਕਾਂਗਰਸ ਇਸ ਤਰ੍ਹਾਂ ਦੇ ਜਿਹੜੀਆਂ ਸਟੇਟਮੈਂਟਾਂ ਜਾਰੀ ਕਰਦਾ ਰਹਿੰਦਾ ਹੈਗਾ, ਪਰ ਲੋਕਾਂ ਦੇ ਮੁੱਦੇ ਕੀ ਨੇ? ਲੋਕਾਂ ਨੂੰ ਚਾਹੀਦੀ ਹੈ ਸਸਤੀ ਅਤੇ ਫਰੀ ਐਜੂਕੇਸ਼ਨ, ਲੋਕਾਂ ਨੂੰ ਚਾਹੀਦਾ ਇਲਾਜ, ਮੁਫਤ ਇਲਾਜ ਜਿਸ ਤਰ੍ਹਾਂ ਦਿੱਲੀ ਦੇ ਵਿੱਚ ਹੋ ਰਿਹਾ, ਲੋਕਾਂ ਨੂੰ ਚਾਹੀਦਾ ਜਿਹੜਾ ਬੇਸਿਕ ਇਨਫਰਾਸਟ੍ਰਕਚਰ ਆ ਉਹ ਸਾਫ਼ ਹੋਣਾ, ਠੀਕ ਹੋਣਾ ਉਹਦਾ। ਇਨਫਰਾਸਟ੍ਰਕਚਰ ਦੀ ਗੱਲ ਹੋ ਰਹੀ ਹੈ, ਸਸਤੀ ਬਿਜਲੀ ਦੀ ਗੱਲ ਹੋ ਰਹੀ ਹੈ, ਪਾਣੀ ਦੀ ਗੱਲ ਹੋ ਰਹੀ ਹੈ, ਇਹ ਗੱਲਾਂ ਕਰਨੀਆਂ ਬੜੀਆਂ ਚੰਗੀਆਂ ਲੱਗਦੀਆਂ ਹੈਗੀਆਂ, ਪਰ ਇਹਨਾਂ ਗੱਲਾਂ ਨੂੰ ਜ਼ਮੀਨ 'ਤੇ ਉਤਾਰਨ ਲਈ ਕੀ ਕੁਛ ਕੀਤਾ ਜਾ ਰਿਹਾ ਇਸ ਸਿਆਸਤ ਦੇ ਵੱਲੋਂ, ਅਸੀਂ ਉਹ ਸਵਾਲ ਕਰ ਰਹੇ ਹਾਂ। ਪਹਿਲਾਂ ਸਾਡਾ ਮੌਜੂਦ ਹੈਗਾ ਡਾਕਟਰ ਪਹਿਲਾ ਗੱਲ, ਮੈਂ ਵੈਸੇ ਸਿਆਸਤ ਕੋਲ ਜਾਣਾ ਸੀਗਾ, ਪਰ ਸਿਆਸਤ ਕੋਲ ਸਿਰਫ ਸਿਆਸਤ ਵਾਲੀ ਗੱਲ ਇੱਕ ਹੀ ਹੈ ਜਿਨ 'ਤੇ ਇਹਨਾਂ ਨੂੰ ਪਤਾ ਮਾਈਲੇਜ ਮਿਲਣੀ ਹੈ। ਮੇਰਾ ਸਵਾਲ ਹੈਗਾ ਕਿ ਜਿਹੜੇ ਲੋਕਾਂ ਦੇ ਮੁੱਦੇ ਹੈਗੇ, ਚਾਹੇ ਤੁਸੀਂ ਜ਼ਿਲ੍ਹਾ ਪ੍ਰੀਸ਼ਦ ਬਲਾਕ ਸਮਿਤੀ ਚੋਣਾਂ ਦੀ ਗੱਲ ਕਰੋ ਜਿੱਥੇ ਪ੍ਰਚਾਰ ਖਤਮ ਹੋ ਗਿਆ, ਪਰ ਉੱਥੇ ਵੀ ਦੂਸ਼ਣਬਾਜ਼ੀਆਂ ਹੋਈਆਂ, ਲੋਕਾਂ ਦੇ ਮੁੱਦਿਆਂ ਦੀ ਗੱਲ ਕਿਸੇ ਨੇ ਨਹੀਂ ਕੀਤੀ, ਇਹ ਕਿਉਂ ਨਹੀਂ ਕਰਨਾ ਚਾਹੁੰਦੇ ਭਾਈ ਦੇ ਕੋਈ ਪਏ ਸਾਰੇ? ਦੇਖੋ ਜਿਸ ਤਰ੍ਹਾਂ ਦਾ ਸਵਾਲ ਹੈ, ਵੈਸੇ ਤਾਂ ਪੂਰੇ ਮੁਲਕ ਦੇ ਵਿੱਚ ਹੀ, ਪਰ ਪੰਜਾਬ ਦੇ ਵਿੱਚ ਪੋਲੀਟਿਕਸ ਇਸ ਤਰ੍ਹਾਂ ਦੀ ਹੋ ਗਈ ਹੈ ਕਿ ਪੋਲੀਟੀਕਲ ਲੀਡਰ ਕਹਿੰਦੇ ਨੇ ਵੀ ਬਾਕੀ ਬੰਦੇ ਮੇਰੇ ਪਿੱਛੇ ਲੱਗ ਹੋਣ, ਉਹ ਨਵੇਂ ਲੀਡਰ ਨਹੀਂ ਪੈਦਾ ਕਰਨਾ ਚਾਹੁੰਦੇ। ਜਿਵੇਂ ਤੁਸੀਂ ਪੰਚਾਇਤ ਦੀਆਂ ਚੋਣਾਂ ਦੀ ਗੱਲ ਜਾਂ ਬਲਾਕ ਸਮਿਤੀ ਦੀਆਂ ਚੋਣਾਂ ਦੀ ਗੱਲ, 92,000 ਬੰਦਾ ਪੰਚ ਸਰਪੰਚ ਚੁਣਿਆ ਜਾਣਾ, 2900 ਬੰਦਾ ਬਲਾਕ ਸਮਿਤੀਆਂ ਦਾ ਚੁਣਿਆ ਜਾਣਾ, 150 ਦਾ, ਅਤੇ 354 ਬੰਦੇ ਚੁਣੇ ਜਾਣੇ ਨੇ ਜ਼ਿਲ੍ਹਾ ਪ੍ਰੀਸ਼ਦਾਂ ਦੇ ਵਿੱਚ, ਤਕਰੀਬਨ 95,000 ਬੰਦਾ, 95,000 ਬੰਦਾ ਚੁਣਿਆ ਜਾਂਦਾ ਜੇ ਉਹ ਲੀਡਰ ਬਣੇ। ਉਹ 'ਚੋਂ 46,000 ਔਰਤ ਹੋਣੀ ਹੈ, 47,000 ਅੱਧੀਆਂ ਔਰਤਾਂ ਨੇ, ਉਹਦੇ 'ਚ ਦਲਿਤ ਨੇ 62% ਬਣਦੇ ਨੇ ਉਹ ਟੋਟਲ ਦਾ ਰਲਾ ਕੇ, ਅਤੇ ਜੇ ਉਹ ਲੀਡਰ ਬਣਨ ਲੱਗ ਗਏ ਲੋਕਲ ਪਿੰਡਾਂ ਦੇ ਵਿੱਚ ਉੱਠ ਕੇ, ਕਸਬਿਆਂ ਦੇ ਵਿੱਚੋਂ ਉੱਠ ਕੇ, ਜਿਹੜੇ ਪਿੰਡ ਏਰੀਏ ਦੇ ਇਹ ਨੇ ਬਲਾਕਾਂ ਦੇ ਵਿੱਚੋਂ ਉੱਠ ਕੇ, ਤਾਂ ਫਿਰ ਜਿਹੜੇ ਕੁਛ ਪਰਿਵਾਰ ਰਾਜ ਕਰ ਰਹੇ ਨੇ, ਜਿਹੜੇ ਉਹਨਾਂ ਦੇ ਭਾਈ ਭਤੀਜੇ ਅੱਗੇ ਆ ਰਹੇ ਨੇ, ਇੱਕ ਇੱਕ ਪਰਿਵਾਰ ਦੇ 4-4 ਮੰਤਰੀ ਬਣੀ ਜਾਂਦੇ ਨੇ, ਉਹਨਾਂ ਨੂੰ ਮੌਕਾ ਨਹੀਂ ਮਿਲੇਗਾ। ਇਸ ਕਰਕੇ ਉਹ ਆਪਣੇ ਲੀਡਰ ਨਹੀਂ ਪੈਦਾ ਕਰਦੇ, ਆਪਣੇ ਪਿੱਛੇ ਲੱਗ ਪੈਦਾ ਕਰ ਰਹੇ ਨੇ। ਦੂਜੀ ਗੱਲ, ਉਹਦੇ ਵਿੱਚ ਚੋਣਾਂ 'ਚ ਜੇ ਮੁੱਦਾ ਚੁੱਕਣਗੇ ਜਿਹੜੇ ਕਿ ਮੁੱਦੇ ਲੋਕਾਂ ਦੇ ਹੈਗੇ ਨੇ, ਜਿਵੇਂ ਪਹਿਲਾਂ ਹੀ ਅਸੀਂ ਦੇਖਦੇ ਹਾਂ, ਚਾਹੇ ਉਹ ਸਿੱਖਿਆ ਦਾ ਸਵਾਲ ਹੈ, ਪੇਂਡੂ ਸਿੱਖਿਆ ਦਾ ਇਹ ਹਾਲ ਹੈ ਕਿ ਪੰਜਾਬ ਦੀ ਅਡਲਟ ਆਬਾਦੀ 58% ਆਬਾਦੀ ਪੰਜਵੀਂ 'ਚੋਂ ਨਹੀਂ ਟੱਪੀ, ਉਹ 'ਚੋਂ 33% 32% ਆਬਾਦੀ ਟੋਟਲ ਅਨਪੜ੍ਹ ਹੈ, ਕੋਰੀ ਅਨਪੜ੍ਹ ਹੈ ਅੱਜ ਵੀ, ਅਤੇ 9% ਆਬਾਦੀ ਹੈ ਉਹ ਜਿਹੜੀ 5% ਤੋਂ ਪੰਜਵੀਂ 'ਚੋਂ ਥੱਲੇ ਹੈ। ਪੰਜਾਬ ਦੇ ਵਿੱਚ ਹਿੰਦੁਸਤਾਨ 'ਚ 3.9% ਨੇ ਗ੍ਰੈਜੂਏਟ, ਅਡਲਟ ਪਾਪੂਲੇਸ਼ਨ 'ਚ ਰੂਰਲ 'ਚ ਪੰਜਾਬ 'ਚ 3% ਨੇ। ਸੋ ਪੰਜਾਬ ਦਾ ਐਜੂਕੇਸ਼ਨ ਦਾ ਪੱਠਾ ਬੈਠਿਆ ਜਾ ਰਿਹਾ, ਪ੍ਰਾਈਵੇਟ ਐਜੂਕੇਸ਼ਨਾਂ ਛੜਪੇ ਮਾਰ ਕੇ ਚੱਲ ਰਹੀ ਹੈ, ਸਕੂਲ ਖੁੱਲ੍ਹ ਰਹੇ ਨੇ ਰੋਜ਼ ਹੀ, 56,00,000 ਬੱਚਾ ਜਿਹਦੇ ਵਿੱਚੋਂ ਸਰਕਾਰੀ ਸਕੂਲਾਂ 'ਚ ਕੇਵਲ 23,00,000 ਪੜ੍ਹਦਾ, 33,00,000 ਬੱਚਾ ਪ੍ਰਾਈਵੇਟ ਸਕੂਲਾਂ 'ਚ ਪੜ੍ਹ ਰਿਹਾ। ਸੋ ਇਸ ਤੋਂ ਇੱਕ ਪਾਸਾ। ਦੂਜਾ, ਇਸੇ ਤਰ੍ਹਾਂ ਸਿਹਤ ਸੇਵਾਵਾਂ ਦਾ ਹਾਲ, ਸਿਹਤ ਸੇਵਾਵਾਂ ਦਾ ਮਿਨੀਮਮ ਸਟੈਂਡਰਡ ਨੇ ਜਿਹੜੇ ਕਿ ਰੂਰਲ ਏਰੀਆ ਨੇ, ਸਿਹਤ ਸੇਵਾਵਾਂ ਦਾ ਪਿੱਛੇ ਸਮੇਂ 'ਚ ਪੱਠਾ ਬੈਠਿਆ ਟੋਟਲ ਪਿਛਲੇ 5-6 ਸਾਲਾਂ 'ਚ ਹੀ, ਅਤੇ ਜਿਹੜੇ ਮਿਨੀਮਮ ਸਟੈਂਡਰਡ ਨੇ ਨੈਸ਼ਨਲ ਨੋਰਮ ਦੇ, ਜਿਹੜੀਆਂ ਬਿਲਕੁਲ ਵੀਕ ਸਟੇਟਸ ਨੇ, ਕਮਜ਼ੋਰ ਸਟੇਟਸ ਸਟੇਟਾਂ ਨੇ, ਪੱਛੜੀਆਂ ਜਿਨ੍ਹਾਂ ਨੂੰ ਸਟੇਟਾਂ ਕਹਿੰਦੇ ਨੇ, ਉਹਨਾਂ ਦੇ ਵਿੱਚ ਵੀ ਇੱਕ ਕਮਿਊਨਿਟੀ ਹੈਲਥ ਸੈਂਟਰ ਅਤੇ 4 ਸਪੈਸਿਸ ਜ਼ਰੂਰੀ ਨੇ ਨੈਸ਼ਨਲ ਹੈਲਥ ਮਿਸ਼ਨ ਦੇ ਅੰਡਰ, ਪਰ ਪੰਜਾਬ ਨੇ ਉਹ 4 ਸਪੈਸਿਸ ਖਤਮ ਕਰਤੇ। 180 PSC CSC ਚਾਹੀਦੇ ਨੇ, ਸਿਰਫ 88 CSC ਨੇ ਰੂਰਲ ਏਰੀਏ 'ਚ, ਪਹਿਲੀ ਗੱਲ ਤਾਂ ਨਾ ਤਾਂ ਇੰਸਟੀਟਿਊਸ਼ਨਾਂ ਆਉਣੀਆਂ ਨੇ, ਉਹਨਾਂ 88 ਦੇ ਵਿੱਚੋਂ ਟੋਟਲ ਕਿਤੇ ਸਪੈਸਿਸ ਨਹੀਂ ਹੈ। 700 ਇਹਨਾਂ ਨੂੰ ਪ੍ਰਾਇਮਰੀ ਹੈਲਥ ਸੈਂਟਰ ਚਾਹੀਦਾ ਰੂਰਲ ਏਰੀਏ 'ਚ, ਉਹਦੇ ਵਿੱਚੋਂ ਕੇਵਲ 426 ਨੇ ਰੂਰਲ ਏਰੀਏ 'ਚ, 416 ਨੇ, ਅਤੇ 416 ਦੇ ਵਿੱਚ ਐਮਰਜੈਂਸੀ ਸੇਵਾਵਾਂ ਨਹੀਂ ਮਿਲਦੀਆਂ 24 ਘੰਟੇ। ਕੁਛ ਐਸੇ ਨੇ, 212 ਸੈਂਟਰ ਇਹਨਾਂ ਨੇ ਕਿਹਾ ਪਿਛਲੇ 2013 ਤੋਂ, ਕਿਹਾ ਹੋਇਆ 12 ਤੋਂ, ਕਿ ਜੀ ਇੱਥੇ 24x7 ਸਰਵਿਸ ਹੈ। 24x7 ਸਰਵਿਸ ਕਿੱਥੋਂ ਮਿਲਣੀ ਹੈ? ਉੱਥੇ ਕਿਤੇ ਇੱਕ ਸਟਾਫ ਨਰਸ ਪਹੁੰਚਦਾ, ਕਿਤੇ ਇੱਕ ਡਾਕਟਰ ਹੈ, ਕਿਤੇ 2 ਸਟਾਫ ਨਰਸਾਂ ਨੇ, 24 ਘੰਟੇ ਸਰਵਿਸ ਕਿਉਂ? ਬਲਕਿ ਮੈਂ ਕਹਾਂਗਾ ਇਸ ਪਾਸੇ ਵੱਲ ਤਵੱਜੋ ਨਹੀਂ ਦਿੱਤੀ ਵੀ ਐਡੀ ਵੱਡੀ ਗਲਤੀ ਹੋਈ ਹੈ, ਇਹਨੂੰ ਠੀਕ ਤਾਂ ਕਰ ਲਈਏ। ਦੂਜਾ, ਮੈਡੀਕਲ ਕਾਲਜਾਂ ਦੇ ਇਹ ਕਹਿੰਦੇ ਸਾਨੂੰ ਮੈਨ ਪਾਵਰ ਨਹੀਂ ਮਿਲਦੀ, ਇੱਥੇ ਲੋਕਾਂ ਨੂੰ ਪਿੰਡਾਂ ਦੇ ਵਿੱਚੋਂ ਡਾਕਟਰ ਸਾਰੇ ਕੱਢ ਤੇ। ਪਿੰਡਾਂ ਦੇ ਵਿੱਚੋਂ ਡਾਕਟਰ ਕੱਢਣ ਦਾ ਕਾਰਨ ਕੀ ਹੈ? ਕਿ ਇਹਨਾਂ ਦੀਆਂ ਆਪਣੀਆਂ ਨੀਤੀਆਂ ਗਲਤ, ਪਿੱਛੇ 2013 'ਚ ਨੋਟੀਫਿਕੇਸ਼ਨ ਅਜੀ ਕਰਤੀ ਜਿਹਨਾਂ ਸਾਰੇ ਸਪੈਸ਼ਲ ਮੈਡੀਕਲ ਕਾਲਜਾਂ ਤੁਰੇ ਗਏ, ਅਤੇ ਉੱਥੇ ਲੋੜ ਹੈ ਨਹੀਂ, ਉੱਥੇ ਕੁਰਸੀ ਨਹੀਂ ਉਹਨਾਂ ਨੂੰ ਬੈਠਣ ਨੂੰ, ਫਾਲਤੂ ਉੱਥੇ ਭੇਜ ਤੇ ਤਨਖਾਹ ਵੱਧ ਦਿੱਤੀ ਜਾ ਰਹੀ। ਦੂਜੇ ਪਾਸੇ ਜਿਹੜੇ ਮੈਡੀਕਲ ਕਾਲਜ ਖੋਲ੍ਹੇ ਸੀ ਉਹ ਨਹੀਂ ਖੋਲ੍ਹੇ, ਹਰਿਆਣਾ 1/1166 ਨੂੰ, ਹਰਿਆਣੇ 'ਚ ਇੱਕ ਕਾਲਜ ਸੀ ਜੇ ਸਿਰਫ 100 ਸੀਟ ਸੀ MBBS ਸੀ ਰੋਹਤਕ ਦੇ ਵਿੱਚ,
अज हरियाणे पांच सरकारी कॉलेज खुल गए हैं तो रोहतक की सीट 200 हो गई है और रोहतक कॉलेज जाके देखो कैसा है। हिमाचल जिहड़ा छोटी जी स्टेट है उस एक कॉलेज सी आई जी शिमला मेडिकल कॉलेज शिमला जिस 50 सीटा सी अज उत्थे 100 सीटा हो गई ने पांच कॉलेज उत्थे होर खुल गए हैं। नाहन च कॉलेज खुल गया, बिलासपुर के एम्स खुल रही है, मंडी च कॉलेज खुल गया, टांडे च कॉलेज खुल गया, हमीरपुर च कॉलेज खुल गया तो चंबे च कॉलेज खुल गया। सो ये सरकारी खेत्र के कॉलेजों की मैं गल करदा, सो ये मैन पावर भी ट्रेन नहीं कर रही। ये हैगा सेहत सेवा का हाल, विटामिन ए ते आयरन फोलिक एसिड बंड नहीं सकते लोगों को, ये सेहत सेवाओं का हाल है। पर लोगों को कहने थोड़ू हर डिलीवरी हस्पताल से होएगी जिदे नाल बच्चे वर्गे मरने शुरू हो गए। इदों के तीजा पार्ट एम्पलायमेंट, एम्पलायमेंट के असी इन्ना रुजगार देवे इन्ना, कांग्रेस ने कहा असी घर घर रुजगार देवे, अकालिया ने कहा असी 20 लाख रुजगार देवे, आप पार्टी वाले ने कहता असी 25 लाख देवे, तिना चो किसी ने ब्लू प्रिंट नहीं दिखा भी असं देवे किमें। वो दूजे जोड़े विरोधी ने कही जाने कांग्रेसियों ने सरकारी नौकरी, सरकारी नौकरी 56 लाख कौन देगा, मैं कहना 56 कहने 20 देकर दिखा दें। सो वो गल नहीं करनी जी, जे लोगों को रुजगार मिल सकता सी पंजाब के रूरल एरिए दे विच आ जिहड़ी चोणां होणियां, मैं उहदे नाल जोड़ के करदा मुद्दे की गल, 28 लाख लोगों का मनरेगा कार्ड बन सकता सी, 100 दिन का वो रुजगार मिलना, एक बंदे 24,000 रुपया दिहाड़ी का नाल वो मटीरियल कॉस्ट ला के तकरीबन 43-44,000 रुपया वो एक परिवार के घर च आ जाना है। 28 लाख बंदे रुजगार देता 100 दिन का, पैसा सेंटर चो आना, कहें साढ़े को पैसा नहीं है, पैसे की लोड़ ही नहीं है, पैसा तो सेंटर चो आना, कार्ड ही नहीं बनाए लोगों के, सब पंजाब सब तो फाड़ी है 5 एकड़ तक, क्योंकि इन्हों ना यह मनरेगा इन्हों का इंट्रस्ट ही नहीं है भी लोग, क्योंकि जे मनरेगा के कार्ड बन गए तो लोग थोड़े घने एम्पावर होंगे, लोगों को एम्पावर नहीं करना चाहिए, कोई भी पार्टी नहीं चाहती भी लोग एम्पावर हो, सारिया पार्टियां पता है इन्हों के एमपी एमएलए साढ़े बहुत सारे सम्मेलन असं देखे आँदे ने, उन्होंने पता कि गोद लैन दी है भी एमपी डायर है जी, वह क्योंकि 5 करोड़ रुपया आना, वो पता नहीं किमें खर्च होंगे किमें नहीं, वो भी बड़े बड़े सवाल ने। अज ही आया कि भी कहा गया कि ये उत्ते पूरे नॉर्म बनाओ, नॉर्म बनाने वास्ते कहा गया ये एमपी लैंड से भी हूँ। इस अगे जे रुजगार की गल आ गई, फिर वूमन की एम्पावरमेंट की, वूमन की एम्पावरमेंट के कांग्रेस ने बताया गया कि 50% सीटा रिजर्व करिया ने औरतों वास्ते पंचायत राज, पर वो 50% जिहड़ियां औरतां ने उन्हां नूं अजे अज तक भी मनी शंकर अय्यर की रिपोर्ट है कि इत्थे पति सरपंच पुत्र राज है, सरपंच सहुरा सरपंच भाई तो वो राज है ही नहीं, जिहड़ी औरत है आप लीडर। सो औरत दलित नूं लीडर बनाउणा किन्ने महिला कमीशन कोले होर पंचायत राज कोले किन्ने सवाल आए ने सामने, उन्हां ते किसे दा ध्यान नहीं। दो मैनूं दो चीज़ां समझ आ रही तुहाडी गल्लां बातां चों, एक तां लीडर बनन तो रोकना है, हाँ एक लोकां दी गल नहीं करनी दूजी मैं छोटी जी बस गल कहांगा, पानी दी निकासी पीण दा पानी, क्योंकि मल्टीनेशनल कार जिहड़ा WHO दा वर्ल्ड बैंक दा प्रोजेक्ट है RO प्लांट ला के 150 रुपये किलोलीटर पानी बेचना, तो शहरों के 5 रुपये किलोलीटर से पानी बेचना, वो किमें सफल हो जाए उत्थे पानी का प्रबंध कर देंगे मनरेगा के राही, जो उत्थे प्लांट लगा देंगे लोगों की सेहत ठीक होजू, फ्रूट चंगा मिल जूगा, वो सेहत ठीक होजू, कारपोरेट हस्पताल किमें चलेंगे। सो इस करके कुछ एजेंडा खास सारिया पार्टियां शामिल है, एजेंडा हैगा। एक छोटा ब्रेक लेना, ब्रेक तो वापस आवेंगे। ये एजेंडा जिहड़ा ये सियासी पार्टियां कहंदियां हैगियां असीं एक दूजे नूं डिस्कलोज करना हैगा, खुलासा करना इन्हां दा, पर असीं कहंदे आ कि खुलासा तो इत्थे हो जाएगा, पता लग जाएगा कि तुसीं लोकां नूं गुमराह किवें कर रहे हो। असीं इसे करके ये चर्चा दे विच बैठे हैं, हो सकता है कि कुछ सियासतदान जिन्हां दी मजबूरी है उस चर्चा में शामिल नहीं हो सकते, पर तुहाडी कोई मजबूरी नहीं, जिहड़े आंकड़े तुहानूं सुणन नूं मिल रहे हैं इन्हां नूं पल्ले बन लो, क्योंकि तुहानूं तां ही पता लगेगा कि रैलियां नाल किहड़ा रौला मुकाउण दी कोशिश की जा रही है। ब्रेक तो वापस आ रहे हैं। रैलियां वाली राजनीति पंजाब तक इस बारे की डॉक्टर गुरप्रीत संधु, डॉक्टर पहला गर्ग ने बहुत इशू गिनाए है उन्होंने खेडां ते सनत, उन्होंने खेडां ते सनत की गल नहीं की, खेडां विच भी तुहानूं पता साडे हालात की है, ठीक है, इंडस्ट्री विच तुहानूं पता साडे हालात की है, जे हर गल ते असीं इह कह के छुट जावांगे कि 10 सालां दा राज उन्हां दा रहा, मेरा सवाल है कि तुहाडा अगला प्लान की हैगा, प्लान रैलियां दा रहेगा तुहाडा, रैली दसो किन्नियां प्लान कीतियां सी पिछले 2.5 साल च, साडा कोई प्लान नहीं है सवाए लोगों के काम करन तो, लोगों के सहूलियत वास्ते उन्होंने सुखावें भविख वास्ते प्लैनस बना के इंप्लीमेंट करनिया, साडा इन्ना की काम है और ये असं कर रहे हैं। ये मैं इन्हों कह जिमें डॉक्टर प्यारेलाल गर्ग ने कहा है यह हार्ड फैक्ट्स ने, ठीक है, मैं इस गल सबमिट करदा, लेकिन चो हर एक चीज़ के उत्ते आ नहीं हो रहा वाह नहीं हो रहा, वो एजुकेशन का बुरा हाल, लोग फिर भी रोटी खा रहे हैं, ज्यों रहे हैं, मेहनत कश न मेहनत मिल रही है,
ਜਿੱਥੋਂ ਤੱਕ ਫਰੀ ਫੰਡ ਦੀਆਂ ਸਕੀਮਾਂ ਮਨਰੇਗਾ ਯੇ ਵੋ ਅਸ਼ੋਰਡ ਇੰਪਲੋਇਮੈਂਟ ਅੰਡਰ ਦੀ ਨੈਸ਼ਨਲ ਗ੍ਰਾਂਟ ਸਕੀਮ, ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ, ਇਹਨਾਂ ਦਾ ਜੋ ਸਿਸਟਮ ਬਣਿਆ ਹੋਇਆ, ਕਾਰਡ ਬਣਾਉਣੇ ਜਾਂ ਨਾ ਬਣਾਉਣੇ, ਦੀਜ਼ ਆਰ ਡਿਪਾਰਟਮੈਂਟਲ ਪ੍ਰੋਬਲਮਸ ਐਂਡ ਦੀ ਪ੍ਰੋਬਲਮ ਇਜ਼ ਆਫ ਦੀ ਪੀਪਲ। ਇਹ ਲੋਕ ਜਿਹੜੇ ਜਿਤਾ ਕੇ ਭੇਜਦੇ ਆ, ਲੋਕ ਮਨਰੇਗਾ ਦਾ ਸਵਾਲ ਕਿਉਂ ਨਹੀਂ ਚੱਕ ਰਹੇ? ਇਹ 2-4-5 ਜਿਹੜੇ ਆ ਆਪੋਜੀਸ਼ਨ ਪਾਰਟੀਆਂ ਦੇ ਲੀਡਰ ਕਿਉਂ ਰੌਲਾ ਪਾ ਰਹੇ ਆ? ਵਾਈ ਆਰ ਦ ਪੀਪਲ ਨਾਟ ਡੂਇੰਗ ਇਟ? ਚਲੋ ਸੰਧੂ ਸਾਹਿਬ, ਮੈਂ ਇੱਕ ਦੂਜੀ ਗੱਲ, ਇੱਕ ਹੋਕਾ ਦੇ ਦਿਓ, ਤੁਸੀਂ ਰੈਲੀ ਕਰਨ ਜਾ ਰਹੇ, ਇੱਕ ਹੋਕਾ ਦੇ ਦਿਓ ਵੀ ਇੱਥੇ ਤੁਹਾਡੇ ਮਨਰੇਗਾ ਦੇ ਕਾਰਡ ਬਣਾਵਾਂਗੇ, ਸਾਰਾ ਪੰਜਾਬ ਆਜੂਗਾ ਉੱਥੇ 2.5 ਲੱਖ ਲੋਕ, ਸ਼ਿਵਰ ਵੀ ਲੱਗੇ ਆ, ਪੀਪਲ ਡਿਡ ਨਾਟ ਕਮ ਫਾਰਵਰਡ ਇਨ ਦੀ, ਬਹੁਤਿਆਂ ਨੂੰ ਤਾਂ ਡਰ ਰਹੇ ਸੀਗਾ ਵੀ ਸਾਡੇ ਜਿਹੜੇ ਜਾਲੀ ਬਣੇ ਆ ਉਹ ਸਾਰੇ ਕੱਟੇ ਜਾਣਗੇ ਜੇ ਅਸੀਂ ਦੁਬਾਰਾ ਜਾਂਦੇ ਹਾਂ, ਉਹਦੇ ਰਿਕਾਰਡ ਹੈ, ਜਿਹੜੇ ਪੈਸੇ ਲੈ ਚੁੱਕੇ ਆ ਔਰ ਕਾਬਜ਼ ਨੇ, ਇਹ ਠੇਕੇਦਾਰੀ ਸਿਸਟਮ ਜਿਹੜਾ ਬਣਿਆ ਹੋਇਆ ਨਾ ਪਿੰਡਾਂ 'ਚ, ਇਹ ਉਹ ਨਹੀਂ ਗਰੀਬਾਂ ਨੂੰ ਅੱਗੇ ਆਉਣ ਦਿੰਦਾ ਗਾ, ਔਰ ਇਹਨਾਂ ਦੇ ਜਿਹੜੇ ਉੱਥੇ ਜਾਲੀ ਬਣੇ ਉਹਨਾਂ ਨੂੰ ਫੜੋ ਨਾ ਫਿਰ, ਜਿਹੜਾ ਬਈ ਤੁਸੀਂ ਸਮਝਦੇ ਨਹੀਂ, ਜਿਹੜਾ ਇੱਕ ਬੰਦਾ ਉਸ ਪਿੰਡ ਦੇ ਵਿੱਚ ਅਕਾਲੀ ਲੀਡਰ ਹੈ, ਉਸ ਦਾ ਪੂਰਾ ਕਬਜ਼ਾ ਉਸ ਇਲਾਕੇ ਦੇ ਗਰੀਬ ਲੋਕਾਂ 'ਤੇ, ਔਰ ਉਹ ਕੀ ਕਰਦਾ ਵੀ ਤੁਸੀਂ ਜਾਓ ਫਿਰ ਕੋਈ ਗੱਲ ਨਹੀਂ ਸਾਡੀ ਵਾਰੀ ਆਊਗੀ। ਵੀ ਵਾਂਟ ਟੂ ਡੂ ਇਟ ਐਂਡ ਵੀ ਵਿਲ ਡੂ ਇਟ ਸਲੋਲੀ ਬਟ ਸ਼ਿਓਰਲੀ, ਇਹ ਸਭ ਕੁਛ ਹੋਊਗਾ। ਡਾਕਟਰ ਸਾਹਿਬ ਦੀ ਬਹੁਤ ਵਧੀਆ ਗੱਲ ਹੈ, ਔਰ ਮੈਂ ਸੁਜੈਸ਼ਨ ਵੀ ਦੇਊਂਗਾ, ਅੱਜ ਵੀ ਮਾਧਿਅਮ ਤੋਂ ਕਹਿ ਰਿਹਾ, ਜੇ ਕੋਈ ਕਾਂਗਰਸ ਦਾ ਲੀਡਰ ਸੁਣਦਾ ਤਾਂ ਸਾਨੂੰ ਇਹ ਬਕਾਇਦਾ ਹੋਕਾ ਦੇਣਾ ਚਾਹੀਦਾ ਕਿ ਜਿਹੜੀ ਲੰਬੀ ਦੀ ਰੈਲੀ ਹੈ ਉਹਦੇ ਵਿੱਚ 2 ਦਿਨ ਪਹਿਲਾਂ ਸਾਡਾ ਸ਼ਿਵਰ ਲੱਗੂਗਾ, ਆ ਕੇ ਮਨਰੇਗਾ ਦੇ ਕਾਰਡ ਬਣਾਓ, ਭਾਵੇਂ ਸਾਰੇ ਪੰਜਾਬ ਦੇ ਆਲ ਓਵਰ ਆ ਕੇ ਇਕੱਠੇ ਹੋ ਜਾਓ, ਉੱਥੇ ਡਿਸਟ੍ਰਿਕਟ ਵਾਈਜ਼ ਕਾਰਡ ਬਣਾਉਣ ਵਾਸਤੇ ਅਸੀਂ ਇੰਤਜ਼ਾਮ ਕਰ ਦਿਆਂਗੇ, ਬਸ਼ਰਤੇ ਕਿ ਉੱਥੇ ਆ ਕੇ ਤੁਸੀਂ ਮੁੜ ਕੇ ਇਹ ਨਾ ਕਹੋ ਜੀ ਵੀ ਪਹਿਲਾਂ ਬਣਿਆ ਤਾ ਜੀ ਉਹ ਤਾਂ ਗੁਆਚ ਗਿਆ। ਉਹ ਇਹ ਜਿਹੜੀਆਂ ਇਹ ਚੀਜ਼ਾਂ ਨਾ ਜਿਹੜੀਆਂ ਟੂ ਹਾਈਡ ਫੈਕਟਸ, ਇਹ ਵੀ ਬਹੁਤ ਵੱਡਾ ਇੱਕ ਹੁੰਦਾ ਮਿਸਟਰ। ਦੂਜੀ ਗੱਲ ਮੈਂ ਕਹਿਣੀ ਚਾਹੁੰਦਾ, ਇੱਕ ਸਕਿੰਟ, 50% ਸੀਟਾਂ ਪੰਚਾਇਤੀ ਡੈਮੋਕਰੇਟਿਕ ਸਿਸਟਮ ਦਾ ਪਹਿਲਾ ਪੜਾਅ, ਉਹਦੇ 'ਚ ਅਸੀਂ ਔਰਤਾਂ ਵਾਸਤੇ ਰਿਜ਼ਰਵ ਕਰਤੀਆਂ, ਇਹਦੇ 'ਚ ਵੀ ਤਕਲੀਫ ਹੈ। ਹੁਣ ਉਹਨਾਂ ਨੂੰ ਉਹਨਾਂ ਦੀ ਸਰਪੰਚੀ ਅਸੀਂ ਅਸ਼ੋਰ ਕਰੀਏ, ਗਵਰਨਮੈਂਟ ਅਸ਼ੋਰ ਕਰੇ ਵੀ ਉਹਦਾ ਘਰ ਵਾਲਾ ਜੋ ਉਹਦੇ ਕਮਜ਼ੋਰ ਔਰਤ ਦੇ ਚਾਰ ਚਪੇੜਾਂ ਮਾਰ ਕੇ ਆਪ ਸਰਪੰਚ ਬਣਦਾ, ਉਹਦਾ ਕਰੀਏ ਕੀ ਅਸੀਂ? ਜਦੋਂ ਅਸੀਂ ਜਾਂਦੇ ਹਾਂ ਉਹਨੂੰ ਪੁੱਛਦੇ ਹਾਂ, ਬੀਬੀ ਸਭ ਘਰ ਠੀਕ ਹੈ? ਹਾਂਜੀ ਠੀਕ ਹੈ ਜੀ। ਸਰ ਤੂੰ ਦਸਖਤ ਤੂੰ ਕਰਦੀ? ਹਾਂਜੀ ਮੈਂ ਹੀ ਕਰਦੀ ਹਾਂ। ਅਤੇ ਫਿਰ ਤੇਰਾ ਘਰ ਵਾਲਾ ਵੀਡੀਓ ਦੇ ਦਫ਼ਤਰ ਕੀ ਕਰਦਾ ਸੀਗਾ? ਉਹ ਜੀ ਮੈਂ ਬਿਮਾਰ ਸੀ, ਮੈਂ ਇਹਨੂੰ ਭੇਜਿਆ ਸੀ। ਗਵਰਨਮੈਂਟ ਕੈਨ ਓਨਲੀ ਡੂ ਦੈਟ ਮੱਚ ਕਿ ਅਸੀਂ ਰੈਜ਼ਰਵੇਸ਼ਨ ਕਰਤੀ, 50% ਪੰਚਾਇਤਾਂ ਦੇ ਵਿੱਚ ਲੋਕ ਲੇਡੀਜ਼ ਆਉਣ, ਪੰਚਾਇਤ ਇਨਸ਼ੋਰ ਕਰੇ, ਉਸ ਪਿੰਡ ਦੇ ਲੋਕ ਇਨਸ਼ੋਰ ਕਰਨ, ਉਸ ਪਿੰਡ ਦੀਆਂ ਜਨਾਨੀਆਂ ਮੂਹਰੇ ਆਉਣ ਕਿ ਸਾਡੀ ਸਰਪੰਚ ਜਨਾਨੀਆਂ ਇਹੀ ਫੈਸਲਾ ਕਰੂਗੀ, ਚਾਹੇ ਉਹਨਾਂ ਨੂੰ ਉਹਦੇ ਘਰ ਵਾਲੇ ਨਾਲ ਜਾ ਕੇ ਖੁਦ ਲੜਨਾ ਪਵੇ। ਜਿੰਨਾ ਚਿਰ ਪਬਲਿਕ ਪਾਰਟੀਸਪੇਟ ਹੀ ਨਹੀਂ ਕਰੂਗੀ, ਗਵਰਨਮੈਂਟ ਦੇ 2-4-5-50,000 ਬੰਦਾ ਜਿਹੜਾ ਉਹ ਕੀ ਸਾਡੇ ਘਰਾਂ ਜਾ ਕੇ ਮੂੰਹ ਬੁਰਕੀਆਂ ਪਾ ਦੂਗਾ? ਠੀਕ ਹੈ, ਪਬਲਿਕ ਪਾਰਟੀਸਪੇਸ਼ਨ ਐਂਡ ਰਾਈਟ ਟੂ ਫਾਈਟ ਫਾਰ ਯੋਰ ਰਾਈਟਸ, ਦੈਟ ਇਜ਼ ਕਾਲਡ ਡੈਮੋਕ੍ਰੇਸੀ। ਠੀਕ ਹੈ ਸਤਵੀਰ ਵਾਲੀ, ਸਰਕਾਰ ਨਾਲ ਝੱਕੀ ਜਾਣਾ, ਸਰਕਾਰ ਨਹੀਂ ਦੇ ਰਹੀ, ਸਰਕਾਰ ਨਹੀਂ ਦੇ ਰਹੀ। ਸਤਵੀਰ ਵਾਲੀ, ਲੋਕਾਂ ਨੂੰ ਉੱਠਣਾ ਪਵੇਗਾ, ਲੋਕਾਂ ਨੂੰ ਆਪਦੇ ਹੱਕਾਂ ਪ੍ਰਤੀ ਜਾਗਰੂਕ ਕੌਣ ਕਰੇਗਾ? ਸਾਡਾ ਸਵਾਲ ਇੱਕੋ ਹੈ, ਕਿਉਂਕਿ ਤੁਸੀਂ ਤਾਂ ਕਰ ਰਹੇ ਹੋ ਜੀ, ਤੁਹਾਡੇ ਮਾਧਿਅਮ ਤੋਂ ਤੁਸੀਂ ਤਾਂ ਆਪਦੇ ਪ੍ਰਤੀ ਜਾਗਰੂਕ ਨਹੀਂ ਹੋ ਪਾ ਰਹੇ, ਤੁਹਾਡੀ ਪਾਰਟੀ ਜਾਂ ਉਹਦੀ ਲੜਾਈ ਚੱਲਦੀ ਪਈ ਹੈ, ਇਹਨਾਂ ਨੇ ਲੜਨਾ ਅਕਾਲੀਆਂ ਦੇ ਨਾਲ, ਤੇ ਲੋਕਾਂ ਲਈ ਲੜੂਗਾ ਕੌਣ? ਸਾਡੀ ਹੁਣ ਇਸ ਵੇਲੇ ਕੋਈ ਲੜਾਈ ਨਹੀਂ ਹੈ ਜੀ ਕੇਪੀ ਜੀ। ਦੇਖੋ ਸਾਡੀ ਪਾਰਟੀ, ਤੁਸੀਂ ਆਪਣੇ ਆਪ ਬਿਆਨ ਦਿਖਾਇਆ ਸਾਡੇ LOP ਸਾਹਿਬ ਸ਼੍ਰੀ ਹਰਪਾਲ ਚੀਮਾ ਜੀ ਦਾ, ਜਿਹਨਾਂ ਲੋਕਾਂ ਦੇ ਮੁੱਦਿਆਂ ਦੀ ਗੱਲ ਕੀਤੀ, ਬਿਆਨ ਤਾਂ ਉਹਨਾਂ ਦਾ ਬੜਾ ਖੂਬਸੂਰਤ ਹੈ, ਉਹਨਾਂ ਦੇ ਬਿਆਨ ਤਾਂ ਮੈਂ ਵੈਲਕਮ ਕਰਦਾ, ਤੁਸੀਂ ਕਰੋ ਜਾਂ ਨਾ ਕਰੋ, ਮੇਰਾ ਸਵਾਲ ਹੈ ਸਤਵੀਰ ਵਾਲੀ ਦਾ, ਬਿਆਨ ਦੇਣੇ ਬੜੇ ਸੌਖੇ ਆ, ਕਨਵੈਨਸ਼ਨਾਂ ਤਾਂ ਤੁਸੀਂ ਵੱਖ ਵੱਖ ਕਰੀ ਜਾਂਦੇ ਹੋ, ਰੁੱਸਿਆਂ ਨੂੰ ਤੁਸੀਂ ਮਨਾਈ ਜਾਂਦੇ ਹੋ, ਜਿਹੜਾ ਪੰਜਾਬ ਰੁੱਸਿਆ ਪਿਆ ਹੈਗਾ ਉਹਨੂੰ ਕੌਣ ਮਨਾਊਗਾ? ਮੈਂ ਉਹੀ ਤੁਹਾਨੂੰ ਗੱਲ ਕਰ ਰਿਹਾ, ਜਿਹੜੀ ਸਾਡੀ ਆਪਣਾ ਕਨਵੈਨਸ਼ਨ ਵੀ ਚੱਲ ਰਹੀ ਹੈ ਉਹਨਾਂ 'ਚ ਵੀ ਅਸੀਂ ਲੋਕਾਂ ਦੇ ਮੁੱਦੇ ਹੀ ਚੱਕਦੇ ਹਾਂ ਵੀ ਸਰਕਾਰ ਕੀ ਕਰ ਕੀ ਨਹੀਂ ਕਰ ਰਹੀ, ਕੀ ਸਰਕਾਰ ਨੂੰ ਕਰਨਾ ਚਾਹੀਦਾ, ਉਹਦੇ ਬਾਰੇ ਵੀ ਲੋਕਾਂ ਨੂੰ ਅਸੀਂ ਉਹਨਾਂ 'ਚ ਜ਼ਰੂਰ ਦੱਸਦੇ ਹਾਂ। ਅਤੇ ਮੋਰ ਓਵਰ ਜਿਵੇਂ ਤੁਸੀਂ ਗੱਲ ਕੀਤੀ, ਜਿਵੇਂ ਆਪਣਾ ਸਾਡੇ ਵੀਰ ਸੰਧੂ ਸਾਹਿਬ ਨੇ ਗੱਲ ਕੀਤੀ ਕਾਂਗਰਸ ਤੋਂ ਕਿ ਜੀ ਲੋਕਾਂ ਨੂੰ ਉੱਠਣਾ ਪਊਗਾ, ਲੋਕਾਂ ਨੂੰ ਮੂਹਰੇ ਲੱਗਣਾ ਪਊਗਾ, ਲੋਕ ਤਾਂ ਮੂਹਰੇ ਲੱਗ ਜਾਣਗੇ ਪਰ ਲੋਕਾਂ ਨੂੰ ਗਾਈਡ ਕੌਣ ਕਰੂਗਾ ਅੱਗੇ ਲੱਗ ਕੇ, ਉਹਨਾਂ ਦੀ ਬਾਹ ਕੌਣ ਫੜੂਗਾ ਅੱਗੇ ਲੱਗ ਕੇ? ਦੇਖੋ ਲੋਕ ਤਾਂ ਜਾ ਸਰਕਾਰੀ ਦਫ਼ਤਰਾਂ 'ਚ, ਜਾ ਪੰਚਾਇਤ ਘਰਾਂ 'ਚ, ਜਾ VDPO ਕੋਲ ਥੱਕ ਗਏ, ਪਰ ਉਹਨਾਂ ਨੂੰ ਉਹ ਇਨਸ਼ੋਰ ਕੌਣ ਕਰੂਗਾ ਕਿ ਜੇ ਉੱਥੇ ਜਾਣਗੇ ਉਹਨਾਂ ਦੀ ਗੱਲ ਸੁਣੀ ਜਾਊਗੀ? ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਾਂ, ਮਨਰੇਗਾ ਦਾ ਕੀ ਪ੍ਰੈਕਟੀਕਲ ਜੋ ਹੋ ਰਿਹਾ ਹੈ, ਮਨਰੇਗਾ ਪ੍ਰੈਕਟੀਕਲ ਕੀ ਹੋ ਰਿਹਾ ਹੈ, ਇੱਕ ਬੰਦਾ ਚੁਣ ਕੇ ਆਉਂਦਾ ਹੈ ਥੱਲੇ ਆਪਣਾ ਬਲਾਕ ਸਮਤੀ ਜਾਂ ਕਿਤੇ ਹੋਰ ਚੁਣ ਕੇ ਆਉਂਦਾ ਹੈ, ਉਹ ਆਪਣੇ ਨੀਅਰ ਐਂਡ ਡੀਅਰ ਇੱਕ ਲਿਫਟ ਬਣਾਉਂਦਾ ਹੈ, ਲਿਫਟ ਬਣਾ ਕੇ ਜਿਸ 'ਚੋਂ 4 ਬੰਦੇ ਵਧੀਆ ਹੁੰਦੇ, 4 ਬੰਦੇ ਕੰਮ ਕਰਨ ਵਾਲੇ ਹੁੰਦੇ ਆ, 10 ਬੰਦੇ ਫਰਜ਼ੀ ਹੁੰਦੇ ਆ, ਉਹ ਲਿਫਟਾਂ ਕ੍ਰੀਏਟ ਕਰਦਾ, ਜਿਹੜਾ ਆਵਾਜ਼ ਚੱਕਦਾ ਕਿ ਸਾਨੂੰ ਅੱਜ ਦੇ ਦਿਨ ਕੰਮ ਨਹੀਂ ਮਿਲਿਆ, ਅਗਲੇ ਦਿਨ ਤੁਹਾਨੂੰ ਕੰਮ ਨਹੀਂ ਮਿਲਦਾ। ਹੁਣ ਦੂਜੀ ਗੱਲ, ਮਨਰੇਗਾ ਜਾਲੀ ਔਰ ਠੀਕ ਆਈਡੈਂਟੀਫਾਈ ਕਰਨ ਦੀ ਜਿਹੜੀ ਗੱਲ ਹੋਈ ਹੈ, ਦੇਖੋ ਆਧਾਰ ਕਾਰਡ ਦੀ ਤੁਸੀਂ ਵੀ, ਕਾਂਗਰਸ ਨੇ ਵੀ ਗੱਲ ਚੁੱਕੀ ਸੀਗੀ, ਆਧਾਰ ਕਾਰਡ ਹੁਣ ਆ ਵੀ ਗਿਆ ਮਾਰਕੀਟ 'ਚ, ਆਧਾਰ ਕਾਰਡ ਸਾਰੇ ਬਣਾ ਵੀ ਰਹੇ ਹੈ, ਹਰ ਅਕਾਊਂਟ ਹਰ ਖਾਤੇ ਆਧਾਰ ਕਾਰਡ ਨਾਲ ਲਿੰਕ ਹੈ, ਹੁਣ ਤਾਂ ਬਹੁਤ ਸੌਖਾ ਤਰੀਕਾ ਆਈਡੈਂਟੀਫਾਈ ਕਰਨਾ ਕਿ ਕਿਹੜਾ ਜਾਲੀ ਹੈ ਕਿਹੜਾ ਨਹੀਂ ਜਾਲੀ ਹੈ। ਇਹ ਇਕੱਲਾ ਮਨਰੇਗਾ ਕਾਰਡ ਨਹੀਂ, ਤੁਸੀਂ ਨੀਲੇ ਕਾਰਡਾਂ ਦੀ ਗੱਲ
नीले कार्ड भी जो अभी पिंड इलेक्शन टाइम जाते थे लोग शिकायत करते थे कहने जिन्हों को भी पच्ची पच्ची तीह किले ने नीले नीले कार्ड बने हुए ने जो बेचारे हैंड टू माउथ उन्होंने बनते नहीं ठीक है। डाटा पहला करके एक डाटा गुरप्रीत संधू ने जी गल कही है कि अभी मनरेगा के बारे उ गल करा दो दिन पहला भी इतों ही होका दे रहे इनका वेलकम करना नहीं नहीं करना चाहता क्यों नहीं जिहड़े ये कार्ड बनाने ने इन्होंने नीले कार्डां दी गल करी ये ना आधार नाल कोई फर्क पैना है। ये ग्राम सभा कॉन्स्टिट्यूशनल बॉडी है 73वीं अमेंडमेंट हुई हुई है पंजाब पंचायत राज एक्ट 1994 की सरकार ने पास कराया 1994 का वो एक्ट है उहदे विच पिंड दी ग्राम सभा जाने के सारे वोटर ने जिहड़े उत्थे रजिस्टर्ड वोटर उस दिन जिस दिन भी ग्राम सभा बुलानी है उन्होंने 20% इकट्ठा होकर ग्राम सभा बुला सकता है। ग्राम सभा तो 20 ग्राम भी नहीं गल हो रही डट पहले मैं वही गल कहना सरपंच ने हाड़ी ते सौनी का इजलास बुलाना है उहदे विच सारियां लाभपात्री जिन्हें ने डिसाइड करने ने ग्राम सभा ने उहदे च किसे पार्टी ने नहीं डिसाइड करने किसे बीडीओ ने नहीं डिसाइड करने किसे सरकारी अधिकारी ने नहीं करने उन्होंने सिर्फ कार्ड जारी करने ने जब वह ग्राम सभा बनती नहीं कथ दे विच मैं यही एग्जाम्पल दिना उरे ये कहा जाता भी झूठ हों फलाना हों जब अकाली आते हैं अवद्या बना देंगे ने चाहे सच्चे भी झूठे भी तो दूजा के कट देंगे ने सच्चे भी तो झूठे भी ज कांग्रेसी आते हैं वो दूजा के कट देंगे ने सच्चे भी झूठे भी तो जेडे किसी के भी नहीं होंगे वो सारे रुलते रहेंगे ने क्यों क्योंकि ग्राम सभा एक्टिव नहीं विधवा पेंशन बुढ़ापा पेंशन न्यासरा पेंशन अपंग पेंशन पंज मरले के प्लाट किसी को गुसलखाना बनाना ਇਹ ਜਿਹੜੇ ਬੈਨੀਫਿਟ ਜਿਹੜੀ 33% ਧਰਤੀ ਜਿਹੜੀ ਹੈ ਸ਼ਾਮਲਾ ਜ਼ਮੀਨ ਤੋਂ ਦਲਤਾਂ ਨੂੰ ਹਿੱਸਾ ਮਿਲਣਾ ਇਹ ਜਿਹੜਾ ਪਲਾਂਟੇਸ਼ਨ ਕਰਨੀ ਪਿੰਡ ਦੇ ਪਾਣੀ ਦਾ ਪੀਣ ਦਾ ਪ੍ਰਬੰਧ ਕਰਨਾ ਗੰਦੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕਰਨਾ ਪਰਾਲੀ ਦਾ ਪ੍ਰਬੰਧ ਕਰਨਾ ਇਹ ਸਾਰਾ ਕੰਮ ਜਿਹੜਾ ਗ੍ਰਾਮ ਸਭਾ ਨੇ ਗ੍ਰਾਮ ਵਿਕਾਸ ਯੋਜਨਾ ਬਣਾਉਣੀ ਹੈ ਉਹ ਗ੍ਰਾਮ ਵਿਕਾਸ ਯੋਜਨਾ ਪਾਸ ਹੋ ਕੇ ਜੇ ਸੈਂਟਰ ਜਾਏਗੀ ਤਾਂ ਪੈਸਾ ਆਉਂਦਾ ਪੰਜਾਬ ਗ੍ਰਾਮ ਵਿਕਾਸ ਯੋਜਨਾਵਾਂ ਨਹੀਂ ਬਣਾਉਂਦਾ ਕਾਗਜ਼ਾਂ ਦੇ ਵਿੱਚ ਉਹ ਇੱਧਰੀਆਂ ਉੱਧਰੀਆਂ ਬਣਾ ਕੇ ਭੇਜ ਦਿੰਦਾ ਜਿਹਦੇ ਕਰਕੇ ਉਹਨਾਂ ਪੈਸਾ ਆ ਨਹੀਂ ਰਿਹਾ ਜਿੰਨਾ ਪੈਸਾ ਪੰਜਾਬ 'ਚ ਜਿੰਨਾ ਸਰਕਾਰ ਕੋਲ ਕਿਉਂਕਿ ਸਰਕਾਰ ਕੋਲ ਆਮਦਨ ਨਹੀਂ ਬਹੁਤੀ ਹੋਣ ਰਹੀ ਜਿਹੜੀ ਆਮਦਨ ਨਾ ਹੋਣ ਦਾ ਰੌਲਾ ਹੈ ਉਹਦਾ ਹੱਲ ਇੱਕੋ ਹੀ ਹੈ ਵੀ ਜਿਹੜਾ ਸੈਂਟਰ 'ਚ ਸਾਡਾ ਹਿੱਸਾ ਮਿਲ ਸਕਦਾ ਹੈ ਕਾਨੂੰਨ ਨਹੀਂ ਮਿਲ ਸਕਦਾ ਹੈ ਉਹ ਲਈਏ ਇਹ ਕੋਈ ਖਰਾਇਤ ਨਹੀਂ ਹੈ ਮਨਰੇਗਾ ਇੱਕ ਐਸੀ ਸਕੀਮ ਹੈ ਜਿਹੜੀ ਰਾਈਟ ਬੇਸਡ ਸਕੀਮ ਹੈ ਜਿਹੜੇ ਵਿੱਚ ਆਏ ਨਹੀਂ ਵੀ ਜੇ ਫੰਡ ਹੋਣਗੇ ਤਾਂ ਕਰਾਂਗੇ ਜਿੰਨੇ ਕਾਰਡ ਬਣਗੇ ਉਹਨਾਂ ਨੂੰ ਪੰਜਾਬ ਦੇ ਖਜ਼ਾਨੇ ਨੂੰ ਕੋਈ ਫਾਇਦਾ ਹੋਊਗਾ ਹਾਂਜੀ ਪੰਜਾਬ ਦੇ ਖਜ਼ਾਨੇ ਨੂੰ ਕੋਈ ਫਾਇਦਾ ਹੋਊਗਾ ਪੰਜਾਬ ਦੇ ਖਜ਼ਾਨੇ ਨੂੰ ਬੜਾ ਵੱਡਾ ਫਾਇਦਾ ਹੋਊਗਾ ਕਿਉਂਕਿ ਜੇ ਉਹਨਾਂ ਕੋਲ ਪੈਸੇ ਆਉਣਗੇ ਉਹ ਕੋਈ ਰੋਟੀ ਉਹ ਕੋਈ ਖਰਚਾ ਕਰਨਗੇ ਖਰਚਾ ਕਰਨਗੇ ਤਾਂ ਸਾਰੇ ਜਿਹੜੇ ਇਹਨਾਂ ਕੋਲ ਚੇਨ ਬਣ ਜਾਏਗੀ ਚੇਨ ਬਣ ਜਾਏਗੀ ਹੁਣ ਪੰਜਾਬ ਦੇ ਵਿੱਚ 13,000 ਰੁਪਇਆ ਪਰ ਹੈਡ ਜਿਹੜਾ ਹੈ ਉਹ ਇਨਡਾਇਰੈਕਟ ਟੈਕਸ ਹੈ ਤੇ ਡਾਇਰੈਕਟ ਟੈਕਸ ਹੈ 20 ਰੁਪਏ ਪਰ ਹੈਡ ਜੇ ਲੋਕਾਂ ਕੋਲ ਪੈਸੇ ਜ਼ਿਆਦਾ ਆਉਣਗੇ ਉਹ ਕੋਈ ਕੱਪੜੇ ਕੋਈ ਮਕਾਨ ਕੋਈ ਬੱਚੇ ਦੀ ਪੜ੍ਹਾਈ ਕੋਈ ਦਵਾਈ ਜ਼ਿਆਦਾ ਲੈਣਗੇ ਜ਼ਿਆਦਾ ਲੈਣਗੇ ਤਾਂ GST ਜ਼ਿਆਦਾ ਆਏਗਾ ਤੇ ਸਟੇਟ ਨੂੰ ਵੀ ਫਾਇਦਾ ਹੋਏਗਾ। ਹਾਂ ਹਾਂ ਮਿਸ ਸੰਧੂ ਮੈਂ ਤਾਂ ਇੰਨਾ ਕਹਿਣਾ ਚਾਹੁੰਦਾ ਜੀ ਵੀ ਇਹ ਜੋ ਕੁਛ ਦੱਸ ਰਹੇ ਆ ਪੈਰੇਲਲ ਗਰਗ ਇਹ ਸਰਕਾਰ ਦੇ ਵਿੱਚ ਵੀ ਇੰਟੈਲੈਕਚੁਅਲਸ ਬੈਠੇ ਆ ਜਿਨ੍ਹਾਂ ਨੂੰ ਇਸ ਗੱਲ ਦਾ ਪਤਾ ਹੈ ਅਹਿਸਾਸ ਹੈ ਕਿ ਇਹ ਜਿਹੜਾ ਸਾਨੂੰ ਸੈਂਟਰ ਤੋਂ ਪੈਸਾ ਮਿਲ ਸਕਦਾ ਸਾਨੂੰ ਲੈ ਕੇ ਲੋਕਾਂ 'ਚ ਦੇਣਾ ਚਾਹੀਦਾ ਹੈ। ਹਰ ਇੱਕ ਗੌਰਮੈਂਟ ਆਪਦੀ ਪਾਪੂਲੈਰਿਟੀ ਵਧਾਉਣ ਵਾਸਤੇ ਹਰ ਇੱਕ ਤਰ੍ਹਾਂ ਦੀਆਂ ਸਕੀਮਾਂ ਕਰਦੀ ਹੈ ਔਰ ਜੇ ਸਾਨੂੰ ਇੰਨਾ ਪੈਸਾ ਉੱਥੋਂ ਮਿਲ ਸਕਦਾ ਅਸੀਂ ਨਾ ਲਈਏ ਐਡਾ ਮੂਰਖ ਕੋਈ ਵੀ ਬੰਦਾ ਨਹੀਂ ਹੁੰਦਾ ਗਾ ਜਾਂ ਗੌਰਮੈਂਟ ਸਰਕਾਰ ਇਹੋ ਜਿਹੀ ਜਾਂ ਕੋਈ ਪਾਰਟੀ ਨਹੀਂ ਇਹੋ ਜਿਹੀ ਹੁੰਦੀ ਕਿ ਸਾਨੂੰ ਮੁਫਤ ਦੇ ਵਿੱਚ TRP ਮਿਲ ਰਹੀ ਹੈ ਔਰ ਸਾਡਾ ਪੈਸਾ ਵੀ ਨਹੀਂ ਲੱਗਣਾ ਲੋਕਾਂ 'ਚ ਅਸੀਂ ਸਾਡੀ ਵਾਹ ਵਾਹ ਹੋ ਜੂਗੀ ਅਤੇ ਅਸੀਂ ਉਹਦੇ ਤੋਂ ਵੀ ਮੁਣਕਰ ਹਾਂ ਅਸੀਂ ਕੋਈ ਮੁਣਕਰ ਨਹੀਂ। ਸੁਣੋ ਮੇਰੀ ਗੱਲ ਦ ਥਿੰਗ ਇਜ਼ ਕਿ ਜਿਹੜਾ ਸਿਸਟਮ ਇਹ ਹੁਣ ਤੁਸੀਂ ਆ ਕੇ ਬਹਿਸ ਕਰਨਾ ਦੋ ਪੁਆਇੰਟ 'ਤੇ ਰੇਜ਼ ਕਰਨਾ ਮੈਂ ਕਰ ਦਿੰਦਾ ਵਾ 1000 ਪੁਆਇੰਟ ਰੇਜ਼ ਕਰ ਦਿੰਦਾ ਬਟ ਆਰ ਦੇ ਰੈਲੇਵੈਂਟ ਆਰ ਦੇ ਐਕਚੁਅਲੀ ਪੁਆਇੰਟਿੰਗ ਫਿੰਗਰ ਦੈਟ ਗਵਰਨਮੈਂਟ ਨੋਨ ਫੰਕਸ਼ਨਿੰਗ ਨੋ ਗਵਰਨਮੈਂਟ ਇਜ਼ ਫੰਕਸ਼ਨਿੰਗ ਦੀ ਆਲ ਦੀਜ਼ ਥਿੰਗਸ ਆਰ ਇਨ ਪ੍ਰੋਸੈਸ ਐਂਡ ਵੀ ਵਿਲ ਬੀ ਡੂਇੰਗ ਦਿਸ ਮਨਰੇਗਾ ਦੇ ਵੀ ਪੈਸੇ ਆਉਣਗੇ ਔਰ ਜਿੰਨੀਆਂ ਸਕੀਮਾਂ ਪਹਿਲਾਂ ਮੈਂ ਇਹ ਦੇਖੋ ਪੈਨਸ਼ਨਾਂ ਕਿੰਨੀਆਂ ਗਾਈਆਂ ਆਹ ਪੈਨਸ਼ਨ ਵਾਹ ਪੈਨਸ਼ਨ ਫਲਾਣਾ ਪੈਨਸ਼ਨ ਮਤਲਬ ਜੇ 40 ਕਿਸਮ ਦੀਆਂ ਪੈਨਸ਼ਨਾਂ 40 ਕਿਸਮ ਦੀਆਂ ਪੈਨਸ਼ਨਾਂ ਦੇ ਵਿੱਚ ਜੇ 2-2 ਲੱਖ ਬੰਦਾ ਵੀ ਆਉਂਦਾ ਤਾਂ 80-90 ਲੱਖ ਕਰੋੜ ਬੰਦਾ ਤਾਂ ਪੈਨਸ਼ਨਾਂ 'ਤੇ ਚੱਲੀ ਜਾਊਗਾ ਅਤੇ ਸਰਕਾਰ ਕਿੱਥੋਂ ਦੇਈ ਜਾਊਗੀ ਪੈਸੇ। ਗੱਲ ਤਾਂ ਹੈ ਵੀ ਜਿਹੜੇ ਇੱਕ ਬੰਦੇ ਨੂੰ ਇੱਕ ਤਰ੍ਹਾਂ ਦੀ ਪੈਨਸ਼ਨ ਮਿਲਦੀ ਹੈ ਉਹਨੂੰ ਦੂਜੀ ਤਰ੍ਹਾਂ ਦੀ ਪੈਨਸ਼ਨ ਕਿਉਂ ਮਿਲੇ? ਮੁਲਾਜ਼ਮਾਂ ਦੀ ਸੈਲਰੀ ਦਾ ਕਿਸਾਨ ਸੜਕਾਂ ਤੇ ਫਿਰਦੇ ਆ ਮੁਲਾਜ਼ਮ ਜਿੱਥੇ ਬੰਦੀਆਂ ਧਰਨੇ ਪ੍ਰਦਰਸ਼ਨ ਕਰਦੀਆਂ ਫਿਰਦੀਆਂ ਸੋਖਾ ਕੌਣ ਹੈ? ਤੁਸੀਂ ਸਵਾਲ ਕਰ ਲਿਓ, ਮੈਂ ਕੈਮਰੇ 'ਚ ਕਹਿ ਰਿਹਾ ਮੈਂ ਬਿਲਕੁਲ ਨਹੀਂ ਕਿਹਾ ਕਿ ਸਰਕਾਰ ਬਹੁਤ ਟਿਕਟੋਕ ਟਿਕਟੋਕ ਚੱਲ ਰਹੀ ਹੈ। ਸਰਕਾਰ ਕੰਮ ਕਰ ਰਹੀ ਹੈ, ਉਹਦੇ ਇਫੈਕਟਸ ਨਜ਼ਰ ਤੁਹਾਨੂੰ ਹੱਲੇ ਉਹ ਸੀਪ ਹੋ ਕੇ ਥੋੜੇ ਬਹੁਤ ਨਜ਼ਰ ਆਉਂਦੇ ਆ। ਕੋਈ ਗੱਲ ਕਰਨੀ ਹੈ ਆ ਕਰੋ ਜੀ ਪਲੀਜ਼, ਤੁਸੀਂ ਪਹਿਲਾਂ ਸੁਣੋ। ਇਹ ਹੈ ਕਿ ਗ੍ਰਾਮ ਸਭਾ ਜਿਹੜੀ ਬੁਲਾਉਣੀ ਹੈ ਦੋ ਵਾਰੀ ਉਹ ਜ਼ਰੂਰੀ ਹੈ, ਐਕਟ ਦੇ ਵਿੱਚ ਲਿਖਿਆ ਜੇ ਨਾ ਬੁਲਾਈ ਜਾਵੇ 30 ਜੂਨ ਤੱਕ ਪਹਿਲੀ, 31 ਦਸੰਬਰ ਤੱਕ ਦੂਜੀ, ਸਰਪੰਚ ਆਟੋਮੈਟਿਕਲੀ ਸਸਪੈਂਡਡ ਹੈ। ਇਹ ਜਿਹੜੀ ਸਰਕਾਰ ਜੇ ਕੰਮ ਕਰਦੀ ਹੈ ਤੇ ਫਿਰ ਗ੍ਰਾਮ ਸਭਾ ਤਾਂ ਕਿਤੇ ਹੋ ਹੀ ਨਹੀਂ। 10-20 13,000 ਆਖਰੀ ਹਿੱਸੇ ਵਿੱਚ ਅਸੀਂ ਹੋਵਾਂਗੇ, ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇੱਥੇ ਰੋਲਾ ਨਾ ਪਵੇ।
क्योंकि रैलियां तो रौला मकाउण दे लई है क्या कि एक जोड़ा रौला हैगा मुद्दियां दा, वह मुक जावे, मुद्दियां दी गल ही ना होवे, सिर्फ एक जगह ते ही सारे इकट्ठे हो जाण, उत्थे कह दिया असीं आह कीता, असीं आह कीता, असीं ओह कीता, इह सारे कह रहे एक दूजे दी पुल खोल रहे हैं, जबरोधी रैली दा जवाब देवांगे, असीं उहदे गढ़ विच जावांगे, गढ़ विच जावांगे, जिहड़े पंजाबियां दे गढ़ विच जाणा उह कदों जावांगे, साडा सवाल इक्को ही है, जे तुहानूं संविधान ने हक दित्ता इह रैलियां करन दा, ते उह रैलियां दे विच किहड़े हक दी गल करनी है, इह तुहानूं तय करना पवेगा, इसे ते ही चर्चा कर रहे हां। ब्रेक तों वापस रैलियां वाली राजनीति पंजाब का की सवार है कि असं इसे चर्चा करें। डॉक्टर गुरप्रीत संधू, एक सारे गर्म ख्यालियां की गल करते हैं, तुसी भी करते हो, वह भी करते हैं, सारे एक दूसरे से वार पलटवार करते हैं। मेरा सवाल यह है कि हम ख्याली क्यों नहीं हो तुसी सारे लोग? पहली गल तो जी असं कदम गर्म ख्याली कदम गल की नहीं कि गर्म ख्याली यह करते हैं। एवरी परसन इन डेमोक्रेसी हैज इज ओन व्यू पॉइंट्स और हक हों आपके व्यू पॉइंट न रखे डेमोक्रेसी के सैटअप के गर्म ख्याल रखते हैं, इट्स योर प्रॉब्लम। अगले दे जज्बात ने जिस ढंग आके विचरता लोगों के गर्म कह लो चाहे ठंडा कह लो, डजन मैटर, ही हैज एवरी राइट। जितों तक मैं जी गल गुरप्रीत संधू कह रहे, कांग्रेस कह रही है, कांग्रेस कह रही है, कैप्टन साहब के कदे बयान सुन लो, ठीक है, जेडे वक्खवाद पैदा करते हैं, जेडे देश के टोटे करने वास्ते बाहर बैठ के शरारत करते हैं, असी उन्होंने खिलाफ हाँ, उन्होंने गर्म ख्याली नहीं रेडिकल कहें, असं उन्होंने एक्सट्रीमिस्ट कहें, असी उन्होंने ये कहें भी तुम बाहर बैठ के पंजाब के हालात ना बिगाड़ो, ये देश को तोड़ने काम ना करो, इतने बच्चे जो अंदर इतने बैठ के सब कुछ कर रहे हैं, वो चाहे गर्म ख्याली हो चाहे ठंडे ख्याली, देर पार्ट ऑफ द डेमोक्रेटिक सैटअप ऑफ द कंट्री एंड दे हैव एवरी राइट। मैं जी गल करनी चाहता सीगा जी तुम मैनू मौके पर देंदे नहीं, फिर ब्रेक कर लें, मैं जाना भुल बोलो, जिहड़ा ग्राम सभा का काम है या लोगों को जागरूक करना, जिवें प्यारेलाल गर्ग होरां ने कहा कि ये जाते भी है, मैं पता है इन्हों का निजी ये जाते हैं पिंड जाके सारिया गल्लां करते भी है, सरकार दे नुमाइंदे सरकार चलाउण दे विच चलो बहुता ना असी 25-30% तो मसरूफ होंगे, ये लोग जिहड़े आ रैलियां करते भगवंत मान रैलियां करता कहिंदा सी जागरूक कर रहे हैं, ये उन्होंने जाके उकसाउंदे आ, ये उन्होंने हक दवाउण वास्ते लीडर ऑफ ऑपोजिशन का कोई रोल नहीं अदा कर रहे, इन्हां दा पता नहीं लीडर ऑफ ऑपोजिशन एक्चुअली है कौन, लेकिन उत्थे रैलियां ते जाके तुसीं सुनो भाषण इन्हां दे, डॉक्टर प्यारेलाल गर्ग ध्यान नाल सुनो इन्हां दे भाषण आम आदमी पार्टी दे, ये उन्होंने उकसाउंदे आ टू रिबैल, रिबैलियन विल सर्व नो परपज, द पीपल हैव टू आस्क फॉर देयर डेमोक्रेटिक राइट एंड देयर फंडामेंटल राइट्स, और जो उन्होंने हक बनते हैं उन्होंने मंगने चाहिए है फ्रॉम द गवर्नमेंट, इन जो उकसाऊ पार्टियां इन्हें मगर लग के रैलियां करके उत्थे नारे लाने कुछ नहीं होना, गवर्नमेंट के कोल तुहाडी आवाज़ जाऊगी, एप्लीकेशन जाएंगी, तुहाडी दलील जाऊगी, गवर्नमेंट नहीं वंडना जिन्ना चिर गवर्नमेंट इन पावर है, उस तो बाद बदली जाऊगी, तो गवर्नमेंट नूं रैली करन दी क्यों जरूरत पै रही है, मेरा सवाल फिर उत्थे है, गवर्नमेंट थोड़ा रैली कर रही है, कांग्रेस कर रही है रैली, अच्छा गवर्नमेंट का कोई रोल नहीं, गवर्नमेंट का रोल क्यों, साडा जिहड़ा हैड है असी गवर्नमेंट जाके कांग्रेस चों निकल गए, नहीं हुण उह कांग्रेस हक नहीं रहा, उह कांग्रेस दे नुमाइंदे वजों उत्थे जा रहे जां मुख्यमंत्री वजों जा रहे, तुसीं उस गल तों की लैणा, उह ही रिमेन्स अ कांग्रेसमैन वेदर ही इज इन पावर ऑर आउट ऑफ पावर, इस गल मेरा कोई मतभेद नहीं है कि पार्टियां नूं रैडियां करना डेमोक्रेटिक सैटअप है उस लोगों नूं इकट्ठे करना, मेरा मतभेद इस गल नहीं है कि वो रैडियां क्यों करते हैं, मेरा मतभेद इस गल है बल्कि जिहड़ियां रैलियां करते हैं वो रैलियां हमेशा एजुकेट करने वास्ते होंदियां ने, उह चाहे इन्होंने एक आप वाले नूं कहा सारे उत्थे लोगों नूं ना एजुकेट करने बजाय पिछड़क बनाने की कोशिश, जे एजुकेट पंजाब होवे अज पंजाब दा जिहड़ा हालत है ये सारे नूं सीरियसली सोचने की लोड़ है, इतों ये कुदमेर तो कढ़न की लोड़ है, पंजाब दा किसान क्यों सुसाइड रोज करी जा रहे, पंजाब दे विच खेती दा GDP दे विच ये गल्लां कहनूं तां वी गल्लां कर दो जी, गल्लां नहीं है ये फैक्ट ने, हार्ड फैक्ट ने, GDP दे विच एग्रीकल्चर दा 16% हिस्सा रह गया पंजाब दा, ते जिहदे उत्ते 55% आबादी निर्भर है, जिहदे विच 36% 35.7% कामे लगे हुए हैं, टोटल 98 लाख कामे पंजाब च 35.7% लगे हुए हैं एग्रीकल्चर च, उहदे विचों जिहड़े किसान ने उह तकरीबन 19 लाख ने, बाकी 16 लाख जिहड़े ने 16.5 लाख वो खेत मजदूर ने, आखिरकार उन्होंने ने दूजा पासा पंजाब दे रूरल, क्योंकि मैं रूरल एरिया की पहले गल करता, मैंने पता इंडस्ट्री का भी बहुत बुरा हाल होया, होर बड़ा कुछ है, अर्बन बस्तियां बहुत बन रही ने पंजाब दे रूरल एरिया दे विच, सरकार दीआं रिपोर्टां ने मैं नहीं कह रहा, 5,000 रुपए तक प्रति महीना गुजारा करने वाले परिवार पंजाब के रूरल एरिया 73% परिवार ने, अपन पता 5,000 नाल की हो सकता है, जे उहदे विच 17% होर पा दिए 90% बन जाए जे 5,000 इक तों अगे 10,000 तक गुजारा करते हैं, ये पंजाब की रूरल इकोनमी का हाल है, पंजाब की रूरल इकोनमी सहक कर रही है, वह एग्रीकल्चर थले जा रहा है,
ਉਹਦੀ ਫਿਸ਼ਰੀ ਥੱਲੇ ਜਾ ਰਹੀ ਹੈ, ਉਹਦੀ ਐਨੀਮਲ ਹਸਬੈਂਡਰੀ ਥੱਲੇ ਜਾ ਰਹੀ ਹੈ, ਉਹਦਾ ਸਾਰਾ ਵਾਤਾਵਰਨ ਖਰਾਬ ਹੋ ਰਿਹਾ। ਇਸ ਗੱਲ ਦੇ ਉੱਤੇ ਅਸੀਂ ਰੈਲੀਆਂ ਕਰਕੇ ਜੇ ਲੋਕਾਂ ਨੂੰ ਇਸ ਗੱਲ 'ਤੇ ਚੇਤਨ ਕੱਢੋ, ਅਸੀਂ ਕਹਿੰਦਾ ਲੋਕਾਂ ਦੀ ਪਾਰਟੀਸਪੇਸ਼ਨ ਰੈਲੀਆਂ 'ਚ ਹੋ ਰਹੀ ਹੈ, ਉੱਥੇ ਜੇ ਚੇਤਨ ਕਰਨਗੇ ਤਾਂ ਉਹ ਕੰਮ ਕਰਨਗੇ। ਅੱਜ ਪੋਲੀਟੀਕਲ ਪਾਰਟੀਆਂ ਪਿੰਡਾਂ ਦੇ ਵਿੱਚ ਲੋਕਾਂ ਦਾ ਭਾਈਚਾਰਾ ਤੋੜ ਰਹੀਆਂ ਨੇ। ਜੇ ਭਾਈਚਾਰਾ ਪਿੰਡਾਂ ਦਾ ਬਣ ਜੇ, ਜੇ ਪੋਲੀਟੀਕਲ ਪਾਰਟੀਆਂ ਫੈਸਲਾ ਵੀ ਪਿੰਡ ਦੇ ਭਾਈਚਾਰੇ ਨੂੰ ਕੁਛ ਉੱਤੇ ਜਿਹਨੂੰ ਮਰਜ਼ੀ ਵੋਟ ਪਾਉਣ, ਜਿਹਦੇ ਮਰਜ਼ੀ ਨਾਲ ਜਾਣ, ਜਿਹੜਾ ਮਰਜ਼ੀ ਵਿਚਾਰ ਰੱਖਣ, ਹਰ ਇੱਕ ਦਾ ਹੈਗਾ, ਪਿੰਡ ਦਾ ਭਾਈਚਾਰਾ ਜੇ ਮੇਨਟੇਨ ਰਹਿ ਜਾਏ ਤਾਂ ਪਿੰਡ ਵਾਲੇ ਲੋਕ ਫਿਰ ਵੀ ਆਪਣੇ ਆਪ ਨੂੰ ਸੁਧਾਰ ਸਕਦੇ। ਡਾਕਟਰ ਗੁਰਪ੍ਰੀਤ ਸੰਧੂ ਜੀ, ਸਵਾਲ ਬੜਾ ਸਿੱਧਾ ਹੈਗਾ, ਰੈਲੀਆਂ ਨਾਲ ਭਾਈਚਾਰਕ ਸਾਂਝ ਤੋੜ ਰਹੇ ਹੋ ਤੁਸੀਂ? ਆਪਦੀ ਪਰਸੈਪਸ਼ਨ ਹੈ ਜੀ, ਮੈਂ ਤਾਂ ਕਹਿੰਦਾ ਸੀ ਭਾਈਚਾਰਕ ਸਾਂਝ, ਉੱਥੇ ਕਿਹੜਾ ਕੋਈ ਵੇਖ ਕੇ ਆਉਂਦਾ ਵੀ ਹਿੰਦੂ ਆਇਆ ਕਿ ਸਿੱਖ ਆਇਆ ਕਿ ਮੁਸਲਮਾਨ ਆਇਆ, ਭਾਈਚਾਰਕ ਸਾਂਝ ਆ ਕੇ ਆਪਦੇ ਲੀਡਰਾਂ ਨੂੰ ਸੁਣਦੇ ਆ। ਭਾਸ਼ਣਾਂ ਨਾਲ ਭਾਈਚਾਰਕ ਸਾਂਝ ਬਣਦੀ ਹੈ ਅਤੇ ਭਾਸ਼ਣ ਨਾਲ ਭਾਈਚਾਰਕ ਸਾਂਝ ਟੁੱਟਦੀ ਹੈ। ਅਸੀਂ ਨਹੀਂ ਤੋੜ ਰਹੇ, ਇਹ ਤਾਂ ਜਿਹੜੀਆਂ ਪਾਰਟੀਆਂ ਉਕਸਾਉਂਦੀਆਂ ਜਾ ਕੇ ਵਰਕਰਾਂ ਨੂੰ ਉਹ ਤੋੜ ਰਹੇ ਸਾਂਝ, ਅਸੀਂ ਕਿੱਥੋਂ ਤੋੜ ਰਹੇ ਹਾਂ? ਅਸੀਂ ਤਾਂ ਸਰਕਾਰ ਆਪਕੇ ਦੁਆਰ ਵਾਲਾ ਕੰਮ ਹੈ, ਅਸੀਂ ਉੱਥੇ ਲੰਬੀ ਰੈਲੀ ਕਰਾਂਗੇ, ਉੱਥੇ ਲੋਕ ਆਉਣਗੇ, ਲੋਕ ਆ ਕੇ ਸੁਣਨਗੇ ਵੀ ਭਾਈ ਐਕਚੁਅਲੀ ਕੀ ਹੋ ਰਿਹਾ। ਵੈਸੇ ਰੈਲੀ ਕਾਂਗਰਸ ਕਰ ਰਹੀ ਹੈ ਪਰ ਸਰਕਾਰ ਆਪਕੇ ਦੁਆਰ ਹੈ, ਤੇ ਸਰਕਾਰ ਜਾਊਗੀ ਨਹੀਂ ਉੱਥੇ? ਸਰਕਾਰ ਨੇ ਇੰਤਜ਼ਾਮ ਨਹੀਂ ਕਰਨਾ? ਦੂਸਰੀ ਗੱਲ ਜਿਹੜੀ ਤੁਸੀਂ ਇਹ ਗੱਲ ਕਰਦੇ ਹੋ ਨਾ, ਕੰਮ ਅੱਜ ਤੁਸੀਂ ਇਹ ਕਿਹਾ ਜੀ ਉੱਥੇ ਜੀ ਰੈਲੀਆਂ ਹੋ ਰਹੀਆਂ, ਸੁਖਬੀਰ ਬਾਦਲ ਨੇ ਜਿੰਨੀਆਂ ਰੈਲੀਆਂ ਕੀਤੀਆਂ, ਪੋਲ ਖੋਲ ਰੈਲੀਆਂ, ਵਟ ਐਵਰ ਹੀ ਵਾਂਟਸ ਟੂ ਕਾਲ ਦੈਮ, ਉਹ ਬੇਅਦਬੀ ਦੇ ਮਾਮਲਿਆਂ ਤੋਂ ਬਾਅਦ ਸ਼ੁਰੂ ਹੋਈਆਂ, ਠੀਕ ਹੈ? ਇਹ ਧਾਰਮਿਕ ਆਸਥਾ ਦਾ ਵਿਸ਼ਾ ਸਾਰੇ ਆਪਣੇ ਵਰਲਡ 'ਚ ਬੈਠੇ ਸਿੱਖਾਂ ਦਾ ਔਰ ਪੰਜਾਬੀਆਂ ਦਾ ਮਸਲਾ ਹੈ, ਇਹਨੂੰ ਤੁਸੀਂ ਕਿਸੇ ਵੀ ਹੋਰ ਮਸਲੇ ਨਾਲ ਜੋੜ ਕੇ ਉਹਨੂੰ ਤੁਸੀਂ ਇਹ ਨਹੀਂ ਕਰ ਸਕਦੇ ਵੀ ਇਹ ਗੁੰਮਰਾਹ ਕਰਨ ਦਿਓ। ਕਦੇ ਵੀ ਕੋਈ ਸਿੱਖ ਬੇਅਦਬੀ ਤੋਂ ਗੁੰਮਰਾਹ ਨਹੀਂ ਹੋਣ ਲੱਗਾ, ਚਾਹੇ ਤੁਸੀਂ ਲੱਖ ਰੈਲੀਆਂ ਕਰ ਲਓ, ਤੁਸੀਂ ਲੱਖ ਰੈਲੀਆਂ ਕਰਕੇ ਲੋਕਾਂ ਨੂੰ ਭਟਕਾ ਲਓ, ਇਸ ਮੁੱਦੇ ਤੋਂ ਕੋਈ ਸਿੱਖ ਨਾ ਭਟਕੂਗਾ, ਇਸ ਮੁੱਦੇ ਤੋਂ ਕੋਈ ਪੰਜਾਬੀ ਨਹੀਂ ਭਟਕੂਗਾ। ਸੋ ਇਹ ਇਲਜ਼ਾਮ ਗਲਤ ਹੈ ਕਿ ਇਹ ਰੈਲੀਆਂ ਦਾ ਵਿਸ਼ਾ ਸਿਰਫ ਇਹ ਹੈ। ਹਾਂ, ਸਰਕਾਰ ਜੇ ਜਿੱਥੇ ਰਿਲੈਕਸ ਹੈ, ਜਿੱਥੇ ਸਰਕਾਰ ਆਪਦੇ ਲੈਵਲ ਤੱਕ ਕੰਮ ਨਹੀਂ ਕਰ ਰਹੀ, ਉਹਦੇ ਵਾਸਤੇ 7000 ਐਕਸ ਸਰਵਿਸਮੈਨ ਗਾਰਡੀਅਨ ਆਫ ਗਵਰਨੈਂਸ ਕੰਮ ਕਰਕੇ ਡੇਲੀ ਰਿਪੋਰਟ ਭੇਜ ਰਿਹਾ, ਲੈਟ ਮੀ ਇਨਫੋਰਮ ਯੂ, ਤਾਂ ਕਿ ਤੁਹਾਨੂੰ ਕੁਛ ਇਨਫੋਰਮੇਸ਼ਨ ਹੋਵੇ, ਔਰ ਉਹਦੇ 'ਤੇ ਬਕਾਇਦਾ ਐਕਸ਼ਨ ਵੀ ਹੋ ਰਿਹਾ। ਗੱਲ ਤਾਂ ਪਾਰਟੀਸਪੇਸ਼ਨ ਦੀ ਹੈ, ਬਜਾਏ ਇਹ ਕਹਿਣ ਦੇ ਜਾ ਕੇ ਭਗਵੰਤ ਮਾਨ ਇਹ ਕਵੇ ਜਾਂ ਸੁਖਬੀਰ ਬਾਦਲ ਇਹ ਕਵੇ ਬਈ ਭਾਈ ਪਿੰਡਾਂ ਦੇ ਵਿੱਚ ਤੁਸੀਂ ਇਕੱਠੇ ਹੋ ਜਾਓ, ਮੈਂ ਤੁਹਾਡੇ 'ਚ ਪਾੜ ਕਦੇ ਨਹੀਂ ਪਾਊਂਗਾ ਵੀ ਅਕਾਲੀ ਸਰਪੰਚ ਹੋਣਾ ਚਾਹੀਦਾ, ਆਪਦੇ ਪਿੰਡ 'ਚ ਯੂਨੈਨੀਮਸ ਇਲੈਕਸ਼ਨ ਕਰਕੇ ਸਰਪੰਚੀ ਲੜੋ, ਆਪਦੇ ਪਿੰਡ ਦਾ ਮੀਟਿੰਗ ਕਰੋ, ਪਿੰਡ ਦੇ ਵਿੱਚ ਬੈਠ ਕੇ ਪਿੰਡ ਦੇ ਫੈਸਲੇ ਕਰਕੇ ਸਾਰਾ ਪਿੰਡ ਜਾ ਕੇ ਦੇਵੇ, ਸਰਕਾਰ ਕੀ ਕਰੂਗੀ? ਸਤਵੀਰ ਵਾਲੀ ਗੱਲ, ਸਰਕਾਰ ਕੀ ਕਰੂਗੀ? ਸਤਵੀਰ ਵਾਲੀ ਲਾਸਟ ਮਿੰਟ ਤੁਹਾਡੇ ਚਾਹੀਦੇ, ਸਤਵੀਰ ਵਾਲੀ ਗੱਲ, ਤੁਸੀਂ ਕਿਉਂ ਕਹਿ ਰਹੇ ਹੋ ਕਿ ਗੁੰਮਰਾਹ ਕਰ ਰਹੇ? ਉਹ ਤਾਂ ਕਹਿ ਰਹੇ ਗੁੰਮਰਾਹ ਨਹੀਂ ਕਰ ਰਹੇ, ਚੇਤਨ ਕਰ ਰਹੇ। ਦੇਖੋ, ਪਹਿਲਾਂ ਤਾਂ ਭਗਵੰਤ ਮਾਨ ਜੀ ਦੀ ਗੱਲ ਕੀਤੀ, ਸ਼ਾਇਦ ਇਹਨਾਂ ਨੂੰ ਪਤਾ ਨਹੀਂ ਹੈ, ਭਗਵੰਤ ਮਾਨ ਨੇ ਅਨਾਊਂਸ ਕਰ ਚੁੱਕਿਆ ਆਪਣੇ ਹਲਕੇ 'ਚ ਜਿੱਥੋਂ MP ਹੈ ਕਿ ਸਾਡੇ ਕੋਈ ਵੀ ਯੂਨੈਨੀਮਸਲੀ ਸਰਪੰਚ 'ਚ ਕਿਸੇ ਪਾਰਟੀ ਤੋਂ ਬਣ ਕੇ ਆਏ ਤਾਂ 5 ਲੱਖ ਰੁਪਏ MP ਫੰਡ ਤੋਂ ਮੈਂ ਦਊਂਗਾ। ਇਹ ਅਨਾਊਂਸ ਮਤਲਬ ਬ੍ਰਾਈਬ ਕਰ ਰਹੇ ਹੋ? 5 ਲੱਖ ਕਿਉਂ ਦੇਊਗਾ? ਪੈਸੇ ਨਾਲ ਕੋ ਤੋਲਦੇ ਹਰ ਇੱਕ ਚੀਜ਼ ਨੂੰ, ਕੋਈ ਵੀ ਪਾਰਟੀ ਤੋਂ, ਅਸੀਂ ਆਮ ਆਦਮੀ ਪਾਰਟੀ ਨਹੀਂ। ਕੀ ਲੱਗ ਤੱਕ ਲੱਗਾ? ਧਿਆਨ ਨਾਲ ਸੁਣੋ, ਧਿਆਨ ਨਾਲ ਸੁਣੋ, ਸੁਣ ਲੈ ਬੋਲ ਰਹੀ ਹੈ। ਤੁਸੀਂ ਇੱਕ ਬੰਦੇ ਨੂੰ ਮੋਨਿਟਰੀ ਕਿਉਂ ਦਿੰਦੇ ਆ ਨਾਮ? ਤੁਸੀਂ ਉਹਨੂੰ ਸਟੇਜ ਤੇ ਖੜਾ ਕਰਕੇ ਰੈਲੀ ਕਰੋ 50,000 ਬੰਦੇ ਦੀ, ਕਹੋ ਆ ਦੇਖੋ ਇਸ ਤਰ੍ਹਾਂ ਹੁੰਦੀ ਹੈ ਇਲੈਕਸ਼ਨ, ਏਦਾਂ ਬਣਦੀਆਂ ਪਚੇਤਾਂ। MP ਫੰਡ ਕੀ ਹੁੰਦਾ? ਤੁਹਾਨੂੰ ਲਾਲਚ ਦੇ ਰਹੇ ਹੋ 5 ਲੱਖ ਦਾ। MP ਫੰਡ ਕੀ ਹੁੰਦਾ ਹੈ? MP ਫੰਡ ਕੀ ਹੁੰਦਾ? MP ਫੰਡ ਇਹਨਾਂ ਕੰਮਾਂ ਵਾਸਤੇ ਲਾਉਣਾ? MP ਫੰਡ ਸੜਕਾਂ ਬਣਾਓ, ਸਕੂਲ ਬਣਾਓ। ਉਹ MP ਫੰਡ ਬਸ ਅੱਡੇ ਠੀਕ ਗ੍ਰਾਂਟਾਂ ਦੇਣ ਵਾਸਤੇ ਹੁੰਦਾ ਹੈ ਵੀ ਸੜਕਾਂ ਬਣਾਓ, ਸਕੂਲ ਬਣਾਓ। ਸਤਵੀਰ ਵਾਲੀਆ, ਇੱਕ ਮਿੰਟ ਕਲੀਅਰ ਕਰੋ ਉਹਨਾਂ ਨੂੰ, ਤੁਸੀਂ ਸਰਪੰਚ ਨੂੰ ਨਾਮ ਦੇਣਾ ਜਾਂ ਉਸ ਪਿੰਡ ਨੂੰ ਨਾਮ ਦੇਣਾ? ਪਿੰਡ ਨੂੰ ਦੇਣਾ ਹੈ, ਪਿੰਡ ਨੂੰ MP ਫੰਡ ਪਿੰਡਾਂ 'ਚ ਲੱਗਦਾ ਹੈ, MP ਫੰਡ ਕਸਬਿਆਂ 'ਚ ਲੱਗਦਾ ਹੈ, MP ਫੰਡ ਸ਼ਹਿਰਾਂ 'ਚ ਲੱਗਦਾ ਹੈ। ਇਹ ਸ਼ਾਇਦ ਤੁਹਾਨੂੰ ਪਤਾ ਨਹੀਂ, ਮੈਂ ਦੱਸ ਦਵਾਂ ਇਹ ਚੀਜ਼, ਜਿਹੜੀ ਵੀ ਚਾਹੇ ਉਹ ਕਾਂਗਰਸ ਦਾ ਪੈਸੇ ਦੇ ਕੇ ਮੋਹਰਤਾਂ ਨਹੀਂ ਲਾਉਣੀ, ਉਹ ਤੇ ਵੀ ਸਾਡੇ ਵੱਲ ਆ ਜਾਂਦੇ। ਨਾ 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 ਨਾ, ਵਾਟ ਐਲਸ? ਕਿਸੇ ਵੀ ਪਾਰਟੀ ਦਾ ਹੋਵੇ, ਪਾਰਟੀ ਦਾ ਨਾਂ ਹੋਵੇ, ਜਿਹੜਾ ਪਿੰਡ ਯੂਨੈਨੀਮਸਲੀ ਪਿੰਡ ਦੇ ਭਾਈਚਾਰੇ ਨੂੰ ਬਣਾ ਕੇ ਬਰਕਰਾਰ ਰੱਖਦੇ ਹੋਏ ਆਪਣਾ ਸਰਵਸੰਮਤੀ ਨਾਲ ਸਰਪੰਚ ਬਣਾਏਗਾ, ਉਸ ਪਿੰਡ ਨੂੰ 5 ਲੱਖ ਰੁਪਏ MP ਫੰਡ ਤੋਂ ਗ੍ਰਾਂਟ ਦਿੱਤੀ ਜਾਏਗੀ ਤਾਂ ਕਿ ਉਹ ਪਿੰਡ ਦੀ ਡਿਵੈਲਪਮੈਂਟ ਹੋ ਸਕੇ, ਉਹ ਤਾਂ ਕਿ ਉਹ ਦੇਖਦੇ ਹੋਏ ਹੋਰ ਪਿੰਡਾਂ 'ਚ ਵੀ ਪੂਰੇ ਪੰਜਾਬ 'ਚ ਭਾਈਚਾਰਾ ਵਧੇ, ਇਹ ਸੰਦੇਸ਼ ਆਮ ਆਦਮੀ ਪਾਰਟੀ ਦੇ ਰਹੀ ਹੈ। ਹੁਣ ਮੈਂ ਇੱਕ ਚੀਜ਼ ਪੁੱਛਣਾ ਚਾਹੁੰਦਾ ਸੰਧੂ ਸਾਹਿਬ ਨੂੰ, ਲਾਸਟ ਪੁਆਇੰਟ ਪੁੱਛਣਾ ਚਾਹੁੰਦਾ ਕਿ ਸੰਧੂ ਸਾਹਿਬ ਜਿਹੜੀ ਇਹ ਰੈਲੀ ਹੋਊਗੀ ਇਹ ਸਰਕਾਰੀ ਖਰਚੇ 'ਤੇ ਹੋਊਗੀ, ਕਾਂਗਰਸ ਆਪਣੇ ਖਰਚੇ 'ਤੇ ਕਰੂਗੀ? ਇਹ ਆਮ ਆਦਮੀ ਪਾਰਟੀ ਦੇ ਖਰਚੇ 'ਤੇ ਕਰਾਂਗੇ ਜੀ ਅਸੀਂ, ਕਿਉਂਕਿ ਸਵਾਲ ਵਾਜਬ ਹੈਗਾ ਵੈਸੇ, ਜਵਾਬ ਦੇ ਰਿਹਾ ਮੈਂ ਰੀਜ਼ਨ ਵਾਲਾ। ਇਹ ਕਲੇਮ ਕਰਦੇ ਆ ਵੀ ਸਾਡੀ ਰੈਲੀਆਂ ਦੇ ਵਿੱਚ ਸਾਡੀ ਪਾਰਟੀ ਦਾ ਜਾਂ ਕਿਸੇ ਬੰਦੇ ਦਾ 1 ਰੁਪਈਆ ਖਰਚ ਨਹੀਂ ਹੁੰਦਾ, ਔਰ ਇਹ ਉਹ ਪਾਰਟੀ ਹੈ ਜਿਹੜੇ ਲੋਕ। ਤੁਸੀਂ ਮੇਰੀ ਗੱਲ ਦਾ ਜਵਾਬ ਦਿਓ ਨਾ, ਸਰਕਾਰ ਖਰਚਾ ਕਰੂਗੀ ਜਾਂ ਕਾਂਗਰਸ ਖਰਚਾ ਕਰੂਗੀ? ਸਾਹ ਲੈ ਲਾ, ਮੈਂ ਉੱਥੇ ਆ ਰਿਹਾ। ਇਹ ਲੋਕ ਨੇ ਜਿਹੜੇ ਉੱਥੇ ਜਾ ਕੇ ਗਰੀਬ ਆਦਮੀਆਂ ਤੋਂ ਪੈਸੇ ਲੈ ਕੇ ਆਪਦੀਆਂ ਰੈਲੀਆਂ ਕਾਮਯਾਬ ਕਰਦੇ, ਤੰਬੂ ਲਵਾਉਂਦੇ ਲੋਕਾਂ ਦੇ ਖਰਚੇ ਤੇ, ਔਰ 5 ਲੱਖ ਰੁਪਈਆ ਉਸ ਪੰਚਾਇਤ ਨੂੰ ਦੇਣਗੇ। ਇਹ ਜਿਹੜੀ ਦੂਜੀ ਗੱਲ,
रैली के खर्चे का तलक है, एक कांग्रेस की रैली है, कांग्रेस पार्टी के फंड खर्चा होगा। मेरा सवाल एक होर है कि ਇਹ ਰਵਾਇਤੀ ਪਾਰਟੀਆਂ ਕਿਤੇ ਜਿਹੜਾ ਨਵਾਂ ਬਦਲ ਹੈ ਜਿਹੜਾ ਪੰਜਾਬ ਵਿੱਚ ਪੈਦਾ ਨਾ ਹੋ ਜਾਵੇ ਉਸ ਦੇ ਡਰ ਤੋਂ ਤਾਂ ਨਹੀਂ ਰੈਲੀਆਂ ਕਰ ਰਹੇ? ਦੇਖੋ ਗੱਲ ਇਹ ਹੈ ਵੀ ਆਪ ਪਾਰਟੀ ਤਾਂ ਨਵਾਂ ਬਦਲ ਹੀ ਸੀ, ਉਹ ਵੀ ਰਵਾਇਤੀ ਦਾ ਹਿਸਾਬ ਹੀ ਕਰ ਰਹੀ ਹੈ, ਕਿੰਨਾ ਪਾਰਟੀਆਂ 'ਚ ਕੋਈ ਫਰਕ ਨਹੀਂ। ਪਰ ਮੈਂ ਦੋਨੇ ਜਿਹੜੇ ਵਕਤਾਂ ਨੇ ਇਹਨਾਂ ਨੇ ਇਹ ਗੱਲ ਬਹੁਤ ਵਧੀਆ ਕਹੀ ਹੈ, ਮੈਂ ਵੈਲਕਮ ਵੀ ਕਰਦਾ ਕਿ ਜੀ ਡਾਕਟਰ ਸੰਧੂ ਨੇ ਕਿਹਾ ਵੀ ਭਾਈਚਾਰਾ ਮੇਨਟੇਨ ਕਰੋ, ਸਰਬਸੰਮਤੀਆਂ ਕਰੋ। ਇਹਨਾਂ ਨੇ ਵੀ ਇਹੀ ਕਿਹਾ ਵੀ ਜਿੱਥੇ ਸਰਬਸੰਮਤੀ ਹੋਏਗੀ ਸਰਕਾਰ ਵੀ ਗਰਾਂਟਾਂ ਦਿੰਦੀ ਹੈ, ਜਿੱਥੇ ਸਰਵ ਰੂਲ ਹੈ ਵਾਕਿਆ ਵੀ ਜਿੱਥੇ ਸਰਬਸੰਮਤੀਆਂ ਹੋਣਗੀਆਂ ਪੰਚਾਇਤਾਂ ਭਾਈਚਾਰਾ ਮੇਨਟੇਨ। ਇਹ ਦੋਨਾਂ ਨੇ ਇਹ ਪੋਜ਼ਿਟਿਵ ਗੱਲ ਹੈਗੀ ਹੈ। ਜੇ ਸਾਰੀਆਂ ਪਾਰਟੀਆਂ ਇੱਦਾਂ ਜਿਹੜੇ ਨਹੀਂ ਵੀ ਆਏ ਉਹ ਵੀ ਇਹ ਕਹਿ ਦੇਣ ਵੀ ਯਾਰ ਤੁਸੀਂ ਜਿੱਥੇ ਜਿੱਥੇ ਸਰਬਸੰਮਤੀ ਹੁੰਦੀ ਹੈ ਵੱਧ ਤੋਂ ਵੱਧ ਸਰਬਸੰਮਤੀ ਕਰੋ, ਨਹੀਂ ਤਾਂ ਫਿਰ ਬਹੁਤ ਸੰਮਤੀ ਨਾਲ ਚੋਣ ਹੋ ਜੂਗੀ। ਇਹ ਬਿਹਤਰ ਗੱਲ ਹੋਏਗੀ ਪੰਜਾਬ ਦੇ ਵੱਲ, ਇੱਕ ਪੋਜ਼ਿਟਿਵ ਸਟੈਪ ਹੋਏਗਾ। ਡਾਕਟਰ ਮੈਂ ਥੋੜ੍ਹੇ ਜਿਹਾ ਐਡ ਕਰ ਦਿਆਂ ਪਲੀਜ਼, ਇੱਕ ਸਕਿੰਟ ਬਸ। ਜਿਹੜੇ ਸਾਡੇ ਗਾਰਡੀਅਨ ਆਫ ਗਵਰਨੈਂਸ ਹੈ ਨਾ, ਇਹ ਜਦੋਂ ਜਿਸ ਪਿੰਡ 'ਚ ਬੈਠੇ ਆ ਜਾਂ ਜਿਸ ਪਿੰਡ ਦੇ ਉਹ ਬੁਲਾਏ ਆ ਅਸੀਂ ਵੀ ਨਿਗਰਾਨੀ ਕਰਨ ਵਾਸਤੇ, ਉਹ ਇਹੋ ਹੀ ਦੱਸਦੇ ਆ ਵੀ ਪਿੰਡ ਦੇ ਵਿੱਚ ਤੁਹਾਡੇ ਸਮੁੱਚੇ ਪਿੰਡ ਦੀ ਇੱਕ ਮੀਟਿੰਗ ਹਰ ਤੀਜੇ ਮਹੀਨੇ ਹੋਣੀ ਜ਼ਰੂਰੀ ਹੈ। ਮੈਂ ਤਾਂ ਕਹਿ ਰਿਹਾ ਵੀ ਯਾਰ ਕਰ ਰਹੇ ਅਸੀਂ। ਬਹੁਤ ਬਹੁਤ ਧੰਨਵਾਦ ਡਾਕਟਰ ਸੰਧੂ ਤੁਹਾਡਾ, ਸੁਖਵੀਰ ਵਾਲੀ ਦਾ ਤੁਹਾਡਾ ਡਾਟਾ ਪਹਿਲਾਂ ਕਰਕੇ ਤੁਹਾਡਾ ਬਹੁਤ ਧੰਨਵਾਦ, ਤੇ ਜਿਹੜੇ ਨਹੀਂ ਆਏ ਉਹਨਾਂ ਦਾ ਵੀ ਧੰਨਵਾਦ। ਸਵਾਲ ਇੱਕੋ ਹੀ ਸੀਗਾ, ਰੈਲੀਆਂ ਨਾਲ ਕਿਹੜਾ ਰੋਲਾ ਮੁੱਕੇਗਾ? ਇਸ ਚਰਚਾ ਦੇ ਵਿੱਚ ਤੁਹਾਨੂੰ ਪਤਾ ਲੱਗਾ ਕਿ ਕਿਹੜਾ ਰੋਲਾ ਮੁਕਾਉਣ ਦੀ ਕੋਸ਼ਿਸ਼ ਹੈਗੀ, ਉਹ ਤੁਹਾਡੇ ਮੁੱਦਿਆਂ ਦੀ ਗੱਲ ਨਹੀਂ ਕੀਤੀ ਜਾ ਰਹੀ। ਪਰ ਇਸ ਚਰਚਾ ਦੇ ਵਿੱਚ ਇੱਕ ਚੀਜ਼ ਨਿਕਲ ਕੇ ਆਈ ਹੈ ਕਿ ਅਸੀਂ ਕੋਸ਼ਿਸ਼ ਕਰਾਂਗੇ ਕਿ ਜਾਗਰੂਕ ਕੀਤਾ ਜਾਵੇ। ਜਾਗਰੂਕ ਕਰਨ ਲਈ ਅਸੀਂ ਵੀ ਕੋਸ਼ਿਸ਼ ਕਰ ਰਹੇ ਹੈਗੇ ਹਾਂ, ਕਿਉਂਕਿ ਇਹ ਰੈਲੀਆਂ ਦੇ ਰੋਲੇ ਵਿੱਚੋਂ ਕੁਝ ਤਾਂ ਨਿਕਲੇਗਾ ਪਰ ਕੁਝ ਮੁੱਕ ਵੀ ਜਾਵੇਗਾ। ਜਿਹੜਾ ਮੁੱਕ ਰਿਹਾ ਹੈਗਾ ਉਹਨੂੰ ਮੁੱਕਣ ਦੇਣਾ, ਜਿਹੜਾ ਨਿਕਲੇਗਾ ਉਸਦਾ ਧਿਆਨ ਰੱਖਣਾ ਕਿ ਨਿਕਲ ਕੀ ਰਿਹਾ। ਬਹੁਤ ਧੰਨਵਾਦ।